हैलो फ्रेंड्स गिल्स मैंटोर ई लर्निंग प्लेटफॉर्म से स्वागत है अज एट फैबर है तो आप रेडी अपने करंट अफेयर सैशन के नाल करंट अफेयर सैशन जो कि इंपोर्टेंट रहेगा डिफरेंट डिफरेंट एग्जाम्स पंजाब पटवारी पी पी एस सी पीसी एस 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 सी सी जी एल सी एच एस एल और बैंकिंग एग्जाम्स स्टार्ट करा सैशन सब तो पहले सैशन शेयर करना स्टार्ट कर दो जिथे भी शेयर कर सद ਯੋ ਟਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰੋ IBPS RRB JE ਪੰਜਾਬ ਪੰਜਾਬ ਪੁਲਿਸ SI ਔਰ ਪਟਵਾਰੀ ਦੇ ਲਈ ਬੈਚੇਸ ਲਾਂਚ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਹੋਰ ਵੀ ਡਿਫਰੈਂਟ ਡਿਫਰੈਂਟ ਬੈਚੇਸ ਲਾਂਚ ਕੀਤੇ ਗਏ ਨੇ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਕੱਲ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਹਨਾਂ ਦੀ ਰਿਵੀਜ਼ਨ ਕਰਾਂਗੇ ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ ਐਮਸੀਕਿਊ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ 6th ਫੈਬਰੂਰੀ 6th ਫੈਬਰੂਰੀ ਨੂੰ ਇੰਟਰਨੈਸ਼ਨਲ ਡੇ ਆਫ ਜ਼ੀਰੋ ਟੋਲਰੈਂਸ ਫਾਰ ਫੀਮੇਲ ਜੈਨੀਟਲ ਮਿਊਟੀਲੇਸ਼ਨ 6th ਫੈਬਰੂਰੀ ਨੂੰ ਇੰਟਰਨੈਸ਼ਨਲ ਡੇ ਆਫ ਜ਼ੀਰੋ ਟੋਲਰੈਂਸ ਫॉर ਫੀਮੇਲ ਜੇਨੀਟਲ ਮਿਊਟੀਲੇਸ਼ਨ ਅਬਜ਼ਰਵ ਕੀਤਾ ਗਿਆ ਗੈਵਿਨ ਗੈਵਿਨ ਸ਼ਕਮਿਟਟ ਫਰਸਟ ਕਲਾਈਮੇਟ ਐਡਵਾਈਜ਼ਰ ਬਣਾਏ ਗਏ NASA ਦੇ NASA ਦੇ ਪਹਿਲੇ ਕਲਾਈਮੇਟ ਐਡਵਾਈਜ਼ਰ ਕੌਣ ਬਣਾਏ ਗਏ ਗੈਵਿਨ ਸ਼ਕਮਿਟਟ ਏਆ ਰਹਿਮਾਨ ਏਆ ਰਹਿਮਾਨ ਉਹਨਾਂ 14 ਰੈਸੀਪੀਐਂਟਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਅਲਰਟ ਬੀਇੰਗ ਅਵਾਰਡ ਦਾ 4ਥ ਐਡੀਸ਼ਨ ਦੇ ਵਿੱਚ ਅਵਾਰਡ ਦਿੱਤਾ ਗਿਆ। ਇਹ ਅਵਾਰਡ ਐਨਜੀਓ ਹੈ ਇੱਕ ਅਲਰਟ ਇਸ ਦੁਬਾਰਾ ਦਿੱਤਾ ਜਾਂਦਾ ਹੈ ਜਿਸ ਦੇ ਜਿਸ ਨੂੰ ਬਣਾਇਆ ਗਿਆ ਸੀ ਕਿਰਨ ਮਜ਼ੂਮਦਾਰ ਸ਼ੋ ਦੁਆਰਾ। ਕਿਰਨ ਮਜ਼ੂਮਦਾਰ ਸ਼ੋ ਦੁਆਰਾ ਜਿਸ ਨੂੰ ਬਣਾਇਆ ਗਿਆ ਸੀ। ਯੂਨ ਸਕੱਤਰੇ ਜਰਨਲ ਐਂਟੋਨੀਓ ਗੂਟਰਸ ਯੂਨ ਦੇ ਸਕੱਤਰੇ ਜਰਨਲ ਐਂਟੋਨੀਓ ਗੂਟਰਸ ਔਰ ਫ੍ਰੈਂਚ ਮੋਰੋਕਨ ਐਕਟਿਵਿਸਟ ਲਤੀਫਾ ਜ਼ਾਇਤਨ ਲਤੀਫਾ ਇਬਨ ਜ਼ਾਇਤਨ ਇਹਨਾਂ ਨੂੰ ਜ਼ਾਇਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜ਼ਾਇਦ ਅਵਾਰਡ ਫਾਰ ਹਿਊਮਨ ਫੈਟਰਨਿਟੀ ਅਨਾਉਂਸ ਕੀਤਾ ਗਿਆ ਇਹਨਾਂ ਨੂੰ ਦਿੱਤਾ ਗਿਆ ਆਬੂਦਾਬੀ ਦੇ ਵਿੱਚ ਵਿਦ ਕੈਸ਼ ਪ੍ਰਾਈਜ਼ ਆਫ 5 ਲੱਖ ਡਾਲਰਸ ਇੰਡੀਆ ਜੀਡੀਪੀ ਪ੍ਰੋਜੈਕਟਡ ਫਾਰ ਨੈਕਸਟ ਈਅਰ ਫਾਈਨੈਂਸ਼ੀਅਲ ਈਅਰ ਮੂਦੀਜ਼ ਮੂਡੀਜ਼ ਦੁਆਰਾ ਇੰਡੀਆ ਦੀ ਜੀਡੀਪੀ 17% ਪ੍ਰੋਜੈਕਟ ਕੀਤੀ ਗਈ ਹੈ। ਵਿਰਾਟ ਕੋਹਲੀ, ਵਿਰਾਟ ਕੋਹਲੀ ਟੌਪ ਸੈਲੀਬ੍ਰਿਟੀ ਰੈਂਕ ਦੇ ਵਿੱਚ ਸਭ ਤੋਂ ਉੱਪਰ ਰਹੇ ਨੇ 4th ਟਾਈਮ ਲਗਾਤਾਰ ਚੌਥੀ ਵਾਰ 2020 ਦੀ ਦਫ ਐਂਡ ਫੈਲਪਸ ਸੈਲੀਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਰਿਪੋਰਟ ਦੇ ਵਿੱਚ ਵਿਦ ਅਮਾਉਂਟ 237.7 ਮਿਲੀਅਨ ਡਾਲਰ। ਅਕਸ਼ੇ ਕੁਮਾਰ ਸੈਕਿੰਡ ਨੰਬਰ ਤੇ ਨੇ ਔਰ ਰਣਵੀਰ ਸਿੰਘ ਦੀ ਗੱਲ ਕਰਦੇ ਹਾਂ 3rd ਨੰਬਰ ਤੇ। रिलायंस रिलायंस हैज़ सोर्सड द वर्ल्ड फर्स्ट कंसाइनमेंट ऑफ कार्बन न्यूट्रल ऑयल परमेन बेसिन कार्बन न्यूट्रल ऑयल परमेन बेसिन केड़ी कंपनी ने मंगाया रिलायंस ने मंगाया कितों यूएसए तो बिक्रम सिंह बेदी बिक्रम सिंह बेदी एम डी एम डी अपंट किए गए हैं गूगल क्लाउड इंडिया के गूगल क्लाउड इंडिया के एम डी कौन अपॉइंट किए गए हैं तो बिक्रम सिंह बेदी अपॉइंट किए गए यूएसए यूएसए एक्सटेंडिड न्यू स्टार्ट स्टार्ट की गल करते हैं स्ट्रैटिक आर्म्स रिडक्शन ट्रिटी स्ट्रैटिक आर्म्स रिडक्शन ट्रिटी ठीक है तो स्टार्ट स्टार्ट न्यूक्लियर ट्रिटी है जो ये रशिया के नू एस ए ट्रिटी है ਜਿਸ ਨੂੰ ਐਕਸਟੈਂਡ ਕੀਤਾ ਗਿਆ ਅਗਲੇ 5 ਸਾਲਾਂ ਦੇ ਲਈ ਠੀਕ ਹੈ ਯਾਨੀ ਕਿ ਇਹ ਐਕਸਟੈਂਡ ਕਰ ਦਿੱਤੀ ਗਈ ਹੈ 5 ਫਰਵਰੀ 2026 ਤੱਕ ਦੇ ਲਈ ਇਸ ਦੇ ਅੰਦਰ ਯੂਐਸਏ ਔਰ ਰਸ਼ੀਆ ਬਾਉਂਡਰੀ ਕੀ ਹੋ 1550 ਤੋਂ ਜ਼ਿਆਦਾ 1550 ਤੋਂ ਜ਼ਿਆਦਾ ਨਿਊਕਲੀਅਰ ਵਾਰਹੈਡਸ ਨੂੰ ਡਿਪਲੋਏ ਨਹੀਂ ਕਰ ਸਕਦੇ ਫਰਸਟ ਕਮਰਸ਼ੀਅਲ ਸਪੇਸ ਲਾਂਚ ਫਰਸਟ ਕਮਰਸ਼ੀਅਲ ਸਪੇਸ ਲਾਂਚ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ बाय बायोफ्यूल बायोफ्यूल्पा की नाम है स्टार डस्ट वन पॉइंट जीरो लॉन्च किया गया लॉरिंग स्पेस कॉमर्स सेंटर तो लॉरिंग कॉमरस सेंटर मेन यू एस ए तो कि द्वारा ब्ल्यू शिप एरोस्पेस कंपनी ब्ल्यू शिप एरोस्पेस कंपनी द्वारा इसनता गया इंडिया इंडिया पुल्ड आउट ऑफ कोलंबो टर्मीनल प्रोजेक्ट ਜੋ ਕੋਲੰਬੋ ਟਰਮੀਨਲ ਪ੍ਰੋਜੈਕਟ ਹੈ ਇੰਡੀਆ ਨੇ ਆਪਣੇ ਆਪ ਨੂੰ ਇਸ ਦੇ ਵਿੱਚੋਂ ਬਾਹਰ ਕਰ ਲਿਆ ਬੇਸਿਕਲੀ ਇੰਡੀਆ ਔਰ ਜਾਪਾਨ ਦੁਆਰਾ ਸਾਈਨ ਕੀਤਾ ਗਿਆ ਸੀ ਐਗਰੀਮੈਂਟ ਸ਼੍ਰੀਲੰਕਾ ਦੇ ਨਾਲ 2019 ਦੇ ਵਿੱਚ 2019 ਦੇ ਵਿੱਚ ਕਿ ਈਸਟ ਕੰਟੇਨਰ ਟਰਮੀਨਲ ਜੋ ਹੈ ਕੋਲੰਬੋ ਦੇ ਵਿੱਚ ਕੌਣ ਬਣਾਏਗਾ ਇੰਡੀਆ ਜਾਪਾਨ ਬਣਾਏਗਾ ਔਰ ਇੰਡੀਆ ਹੁਣ ਇਸ ਡੀਲ ਦੇ ਵਿੱਚੋਂ ਬਾਹਰ ਹੋ ਚੁੱਕਿਆ ਹੈ ਇੰਜੀਨੀਅਰਿੰਗ ਸਟੂਡੈਂਟ ਆਫ ਹੁਬਲੀ ਕਰਨਾਟਕਾ ਹੂਬਲੀ ਕਰਨਾਟਕਾ ਦੇ ਇੰਜੀਨੀਅਰਿੰਗ ਸਟੂਡੈਂਟਸ ਦੁਆਰਾ ਇੱਕ ਰੋਬੋਟ ਬਣਾਇਆ ਗਿਆ ਮਾਇਆ ਰੋਬੋਟ ਮਾਇਆ ਟੂ ਸਰਵ ਇਨ ਬੈਂਕਸ ਬੈਂਕ ਦੇ ਵਿੱਚ ਕੰਮ ਕਰਨ ਦੇ ਲਈ ਰੋਬੋਟ ਕਰਨਾਟਕਾ ਦੁਆਰਾ ਕਲ ਪਵਨਮ ਕਲ ਪਵਨਮ ਅਰਬਨ ਫੋਰੈਸਟ ਪਾਰਕ ਕਲ ਪਵਨਮ ਅਰਬਨ ਫੋਰੈਸਟ ਪਾਰਕ ਹੈ ਜੋ ਇਹ ਗਾਜੇਵਾਲ ਗਾਜੇਵਾਲ ਤੇਲੰਗਾਨਾ ਦੇ ਵਿੱਚ ਓਪਨ ਕੀਤਾ ਗਿਆ ਠੀਕ ਹੈ डायरली कल पावनम अर्बन फॉरैस पार्क इत्यालंगाना तेलंगाना तेलंगाना दे भी गाजवाल इस तुला तो इसके दे उत्ते जोड़ा ग्लोब इंस्टॉल किया गया है दे उत्ते, उत्ते स्लोगन की लिखा गया तो स्लोगन रहेगा सेव अर्थ सेव फॉरेस्ट सेव फॉरेस्ट सेव अर्थ तेलंगाना तेलंगाना द्वारा ही रोड टैक्स माफ किया गया और रजिस्ट्रेस फ्री की गई है किसते वहीकल्स के लिए ई वहीकल्स लिये रोड टैक्स और रजिस्ट्रेशन फ्री किसने की है तो तेलंगाना ने नेती है ठीक है जी इस तो अलावा चीफ मिनिस्टर और गवर्नर इंपोर्टेंट रहने गवर्नर इंपोर्टेंट है काफ़ी इंपोर्टेंट फीमेल गवर्नर ने और फर्स्ट फीमेल और फर्स्ट गवर्नर ने तमिले सौंदराजन इस तो अलावा के चंद्रशेखर राव चीफ मिनिस्टर ने और चीफ जस्टिस इंपोर्टेंट रहनेमा कोहलीमा कोहली कोहली क्योंकि भी फर्स्ट वुमेन चीफ जस्टिस ने केरला ਹੈਲਥ ਮਿਨਿਸਟਰ ਕੇਰਲਾ ਦੇ ਹੈਲਥ ਮਿਨਿਸਟਰ ਕੇ ਕੇ ਸ਼ੈਲਜਾ ਦੁਆਰਾ ਫਰਸਟ ਹਿਊਮਨ ਮਿਲਕ ਬੈਂਕ ਓਪਨ ਕੀਤਾ ਗਿਆ ਐਰਨਾਕੂਲਮ ਜਰਨਲ ਹਸਪੀਟਲ ਕੇਰਲਾ ਦੇ ਵਿੱਚ ਐਰਨਾਕੂਲਮ ਜਰਨਲ ਹਸਪੀਟਲ ਕੇਰਲਾ ਦੇ ਵਿੱਚ ਫਰਸਟ ਹਿਊਮਨ ਮਿਲਕ ਬੈਂਕ ਕਾਵੇਲੀ ਵੈਟਲੈਂਡ ਕਾਵੇਲੀ ਵੈਟਲੈਂਡ ਤਾਮਿਲਨਾਡੂ ਦਾ ਵਾਈਲਡਲਾਈਫ ਸੈਂਚਰੀ ਡਿਕਲੇਅਰ ਕੀਤਾ ਗਿਆ ਵਾਈਲਡਲਾਈਫ ਸੈਂਚਰੀ ਨੂੰ ਡਿਕਲੇਅਰ ਕੀਤਾ ਗਿਆ ਵੈਟਲੈਂਡ ਜੇਕਰ ਅਪਾ ਗੱਲ ਕਰਦੇ ਹਾਂ ਤਾਂ ਇਹ ਸੈਕਿੰਡ ਲਾਰਜੈਸਟ ਸੈਕਿੰਡ ਲਾਰਜੈਸਟ ਬ੍ਰੈਕਿਸ਼ ਵਾਟਰ ਲੇਕ ਹੈ ਸਾਊਥ ਇੰਡੀਆ ਦੀ ਆਫਟਰ ਪੁਲੀਕਤ ਲੇਕ ਪੁਲੀਕਤ ਲੇਕ ਕਿੱਥੇ ਹੈ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਗਵਰਨਮੈਂਟ ਗਵਰਨਮੈਂਟ ਦੁਆਰਾ ਇਹ ਡੈਕਲੇਰੇਸ਼ਨ ਹੈ ਜਿਹੜੀ ਯਾਨੀ ਕਿ ਇਹ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਅੰਡਰ ਕੀਤੀ ਗਈ ਹੈ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅੰਡਰ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 19 ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅੰਡਰ ਇਸ ਨੂੰ ਕੀਤਾ ਗਿਆ ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਅਮਰਿੰਦਰ ਸਿੰਘ ਦੁਆਰਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਸਰਦਾਰ ਸਰਦਾਰ ਬਹਾਦਰ ਆਮੀਨ ਚੰਦ ਸੋਨੀ ਸਰਦਾਰ ਬਹਾਦਰ ਆਮੀਨ ਚੰਦ ਸੋਨੀ ਆਰਮਡ ਫੋਰਸਸ ਆਰਮਡ ਫੋਰਸ ਇਸ ਪ੍ਰੈਪਰੇਟਰੀ ਇੰਸਟੀਚਿਊਟ ਦਾ ਕਿੱਥੇ ਬਜਵਾੜਾ ਬਜਵਾੜਾ ਬੇਸਿਕਲੀ ਇੱਕ ਵਿਲੇਜ ਹੈ ਖੋਸ਼ਿਆਰਪੁਰ ਵਾਲੀ ਸਾਈਡ ਰਾਜਸਥਾਨ ਰਾਜਸਥਾਨ ਗਵਰਨਮੈਂਟ ਦੀ ਗੱਲ ਕਰਦੇ ਹਾਂ ਹੈਲਥ ਪ੍ਰੋਗਰਾਮ राजस्थान गवर्नमेंट द्वारा उड़ान तारा उड़न तारा या उड़ान तारा प्रोग्राम हेल्थ प्रोग्राम दी शुरुआत ਕੀਤੀ ਗਈ धौलापुर धौलापुर ਦੇ ਵਿੱਚ ਠੀਕ ਹੈ ਜੀ ਨੈਕਸਟ ਚਲਦੇ ਹਾਂ ਸਟੈਟਿਕ ਅੱਛਾ ਇੱਕ ਸਲਾਈਡ ਹੋ ਰਿਹਾ ਟੂ ਮਾਰਕ ਦਾ ਬਰத் भारत रत्न अवार्डी भारत रत्न अवार्डी पंडित भीमसेन पंडित भीमसेन जोशी ਨੂੰ ਮਾਰਕ ਕਰਨ ਦੇ ਲਈ ਇਹਨਾਂ ਦੀ ਸੈਂਟੀਨਰੀ ইয়ার ਮਾਰਕ ਕਰਨ ਦੇ ਲਈ ਯਾਨੀ ਕਿ 100th ਬਰਥ ਐਨੀਵਰਸਰੀ ਕੀ ਕੀਤਾ ਗਿਆ ਕਿ 뮤지컬 ਪ੍ਰੋਗਰਾਮ ਅਭਿਵਾਦਨ ਪੂਨੇ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਪਟੇਲ ਇਨਫਰਾਸਟਰਕਚਰ ਦੁਆਰਾ ਦਿੱਲੀ ਵਿਰੋਧਰਾ ਮੁੰਬਈ ਐਕਸਪ੍ਰੈਸ ਵੇ ਦੇਤੇ ਇੱਕ ਵਰਲਡ ਰਿਕਾਰਡ ਸਥਾਪਿਤ ਕੀਤਾ ਗਿਆ 10.32 ਕਿਲੋਮੀਟਰ ਲੌਂਗ ਕੰਕਰੀਟ ਰੋਡ ਬਣਾਉਂਦਾ ਰਿਕਾਰਡ ਇੰਡੀਅਨ ਬੁੱਕ ਆਫ ਰਿਕਾਰਡਸ ਔਰ ਗੋਲਡਨ ਬੁੱਕ ਆਫ ਰਿਕਾਰਡਸ ਦੇ ਵਿੱਚ ਐਡ ਕੀਤਾ ਗਿਆ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੁਆਰਾ ਸਵਿਚ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਸਵਿਚ ਕੈਂਪੇਨ ਕਿੱਥੇ ਦਿੱਲੀ ਦੇ ਵਿੱਚ इस तो इलावा स्टेडिक पोर्शन के चलते हैं तो फुटबॉल के रिलटिड कप्स और ट्रॉफीज डिस्कस करा बेगम हजरत महल कप फीफा तो इलावा फीफा तो इलावा जो फी फुटबॉल इंपोर्टेंट ईवेंट्स ने इस तो इलावा अगर आप गल करते हैं एशिया फुटबॉल फैडरेशन का ईवेंट भी इंपोर्टेंट है जो कि इंडिया होस्ट करेगा टू थाउजेंड ट्वेंटी टू के डिस्कस किया ठीक है उस तो इलावा अगर कप्स और ट्रॉफीज़ की गल करते हैं तो बेगम हजरत महल कप बोरदो ट्रॉफी कोलंबो कप रोवर कप डेंड कप बीसी रॉयट ट्रॉफी कलिंगा कप सुबर्तो मुखर्जी कप संतोष ट्रॉफी और कन्फेडरेशन कप डायरेक्टली वन लाइनर क्वेश्चन पूछे जाते हैं कि यह स्पोर्ट्स किस यह कप या ट्रॉफी किस स्पोर्ट्स के बिलोंग करती ठीक है जी चलते हैं अज्द न्यूज के कर ਵਿਚ ਡੇ ਇਜ਼ ਆਬਜ਼ਰਵਡ ਐਜ਼ 73rd ਇੰਡੀਪੈਂਡੈਂਸ ਡੇ ਆਫ ਸ਼੍ਰੀਲੰਕਾ ਬੇਸਿਕਲੀ ਇਹ ਨਿਊਜ਼ ਆਪਣੀ ਸਕਿਪ ਹੋ ਗਈ ਸੀ ਕਿ ਸ਼੍ਰੀਲੰਕਾ ਦੁਆਰਾ ਸ਼੍ਰੀਲੰਕਾ ਦੁਆਰਾ ਆਪਣਾ 73rd ਇੰਡੀਪੈਂਡੈਂਸ ਡੇ ਆਬਜ਼ਰਵ ਕੀਤਾ ਗਿਆ ਕਿਸ ਦਿਨ ਆਬਜ਼ਰਵ ਕੀਤਾ ਗਿਆ ਤਾਂ 4th ਆਫ ਫੈਬਰੂਅਰੀ ਠੀਕ ਹੈ ਜੀ ਬੇਸਿਕਲੀ 1948 ਦੀ ਅਗਰ ਆਪਾਂ ਗੱਲ ਕਰਦੇ ਆ ਇਹਨਾਂ ਦਾ ਕਨਸਟੀਟਿਊਸ਼ਨ ਰੈਡੀ ਹੋਇਆ ਸੀ 47 ਦੇ ਵਿੱਚ 48 ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਤਾਂ 73rd इंडिपेंडेंस डे श्रीलंका ठीक है इसत अलावा इसत इलावा अगर आप गल करते हैं बाकी ऑप्शनस की बाकी ऑप्शन की अगर आप गल करिए अच्छा एक थीम इंपोर्टेंट रहेगी पहले जीडी ये इंडिपेंडेंस डे ऑबजर्व किया गया इन्होंने थीम ऑबजरव की है प्रोस्पैरस टूमोरो प्रोसपैरस टूमोरो प्रोस्पैरस मोबीमिक 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 ठीक है जी इस अलावा तो अगर गल करते हैं फर्स्ट फैबर आईसी जी आप डिस्कस किया इंडियन कोस्टगार्ड का रेजिंग डे फोर्टी फिफ्थ रेजिंग डे इंपोर्टेंट रहेगा कि नव एडिशन है सैकंड फबरवरी वैटलैंड डे डिस्कस किया फोरथ फैबररी ही अपने डिस्कस किया वर्ल्ड कैंसर डे और इस अलावा ह्यूमन फटरनिटी वाला डे भी अपना डिस्कस किया फोर्थ फैबररी ਨੈਕਸਟ ਮੋਨਟਰੀ ਪੋਲਿਸੀ ਕਮੇਟੀ ਐਮ ਪੀਸੀ ਮੋਨਟਰੀ ਪੋਲਿਸੀ ਕਮੇਟੀ ਹੈ ਜਿਹੜੀ ਇਹ ਕੌਣ ਰੈਗੂਲੇਟ ਕਰਦਾ ਹੈ ਤਾਂ ਰੈਗੂਲੇਟ ਕੌਣ ਕਰਦਾ ਹੈ ਆਰਬੀਆਈ ਕਰਦਾ ਹੈ ਠੀਕ ਹੈ ਮੋਨਟਰੀ ਪੋਲਿਸੀ ਕਮੇਟੀ ਕੌਣ ਰੈਗੂਲੇਟ ਕਰਦਾ ਹੈ ਤਾਂ ਇਸ ਨੂੰ ਆਰਬੀ ਦੇ ਦੁਆਰਾ ਰੈਗੂਲੇਟ ਕੀਤਾ ਜਾਂਦਾ ਹੈ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਆਫ ਇੰਡੀਆ 1 ਅਪ੍ਰੈਲ 1935 ਨੂੰ ਬਣਾਇਆ ਗਿਆ ਸੀ ਮੁੰਬਈ ਦੇ ਵਿੱਚ ਹੈਡਕ quartਰ ਹੈ ਗਵਰਨਰ ਇਸ ਦੇ ਕੌਣ ਨੇ ਅ اچھا ਗਵਰਨਰ ਡਿਪਟੀ ਗਵਰਨਰ ਇੱਕ ਗਵਰਨਰ ਨੇ ਚਾਰ ਡਿਪਟੀ ਗਵਰਨਰ ਨੇ ਸ਼ਕਤੀ ਕਾਂਤ ਦਾਸ ਗਵਰਨਰ ਨੇ ਚਾਰ ਡਿਪਟੀ ਗਵਰਨਰਸ ਦੀ ਗੱਲ ਕਰਦੇ ਆ ਅ اچھا ਨਾਮ ਤੁਸੀਂ ਦੱਸੋਗੇ ਚਾਰ ਡਿਪਟੀ ਗਵਰਨਰਸ ਦੇ ਠੀਕ ਹੈ ਜਿਨ੍ਹਾਂ ਦੇ ਵਿੱਚ ਫੋਰ ਐਗਜ਼ਾਮਪਲ ਮਾਈਕਲ ਡੀ ਪਾਤਰਾ ਹੋਗੇ ਐਮ ਕੇ ਜੈਨ ਹੋਗੇ ਚਲੋ ਦੋ ਮੈਂ ਦੱਸਦੇ ਦੋ ਤੁਸੀਂ ਤੁਸੀਂ ਦੱਸੋਗੇ ਠੀਕ ਹੈ ਇਸ ਤੋਂ ਇਲਾਵਾ ਐਮ ਪੀ ਸੀ MPC ਜਿਹੜੀ ਮੋਨੇਟਰੀ ਪਾਲਿਸੀ ਕਮੇਟੀ ਹੈ ਇਹ ਬਾਇਮੰਥਲੀ ਪਾਲਿਸੀ ਰੀਲੀਜ਼ ਕਰਦੀ ਹੈ ਠੀਕ ਹੈ ਤਾਂ ਇਹਨਾਂ ਦੁਆਰਾ ਜਦੋਂ ਪਾਲਿਸੀ ਰੀਲੀਜ਼ ਕੀਤੀ ਜਾਂਦੀ ਹੈ ਇਸ ਦੇ ਵਿੱਚ डिफरेंट डिफरेंट ਰੇਟਸ ਅਨਾਉਂਸ ਕੀਤੇ ਜਾਂਦੇ ਨੇ ਡਿਸਕਸ ਕਰਦੇ ਹਾਂ ਤਾਂ ਰੈਪੋ ਰੇਟ ਰਿਵਰਸ ਰੈਪੋ ਰੇਟ ਮਾਰਜਨਲ ਮਾਰਜਨਲ ਸਟੈਂਡਰਡ ਫੈਸਿਲਿਟੀ ਰੇਟ ਸਟੈਂਡਰਡ ਲਿਕুইਡਿਟੀ ਰੇਸ਼ੋ SLR कैश रिजर्व रेशो सी आर आर इस अलावा तो कह गया बैंक रेट बैंक रेट ठीक है जी रेपो रेट कि करंट रेपो रेट रेपो रेट है फोर परसेंट रिवर्स रेपो रेट है थ्री पॉइंट थ्री फाइव परसेंट मार्जिनल स्टैंडर्ड फैसिलिटी रेट और बैंक रेट हमेशा बराबर होंगे ने कि है करंट फोर पॉइंट टू फाइव परसेंट फोर पॉइंट टू फाइव परसेंट एस एल आर एटीन परसेंट ਔਰ CRR ਹੈ 3% ਠੀਕ ਹੈ ਜੀ ਇਹਨਾਂ ਦੇ ਵਿੱਚ ਕੋਈ ਮਤਲਬ ਚੇਂजेस ਕੀਤੇ ਜਾਂਦੇ ਹੁੰਦੇ ਨੇ ਲੇਕਿਨ ਜੋ ਇਹ ਫਾਈਨੈਂਸ਼ ਕਮੇਟੀ ਜਾਂ ਰਿਪੋਰਟ ਰਿਲੀਜ਼ ਕੀਤੀ ਗਈ ਹੈ ਇਸ ਦੇ ਵਿੱਚ ਚੇਂजेस ਨਹੀਂ ਕੀਤੇ ਗਏ ਠੀਕ ਹੈ ਇਸ ਤੋਂ ਇਲਾਵਾ ਇੱਕ ਹੋਰ ਇੰਪੋਰਟੈਂਟ ਪੁਆਇੰਟ ਇਸੇ ਦੇ ਵਿੱਚ ਰਿਹਾ ਕਿ ਇਸ ਨੇ GDP ਫੋਰਕਾਸਟ ਕੀਤੀ ਹੈ ਮੋਨਟਰੀ ਪੋਲੀਸੀ ਕਮੇਟੀ ਦੇ ਵਿੱਚ GDP ਫੋਰਕਾਸਟ ਅਨਾਉਂਸ ਕੀਤਾ ਗਿਆ ਹੈ ਕਿ ਫਾਈਨੈਂਸ਼ੀਅਲ ਇਅਰ ट्वेंटी वन ट्वेंटी टू के लिए फाइनैशियल ईयर ट्वेंटी वन ट्वेंटी टू के लिए जो इंडिया की जी डी पी रहेगी टेन पॉइंट फाइव परसेंट रहेगी टेन पॉइंट फाइव परसेंट रहेगी इस आर बी आई दोनेटरी पोलिसी कमेटी की रिपोर्ट के अनुसार ठीक है जी याद रखा अच्छा इस तु इलावा मोनेटरी पोलिसी कमेटी के टोटल मैंबरस किने छ मैंबरस होंगे ने तीन आर बी आई वालों ਤਿੰਨ ਗਵਰਨਮੈਂਟ ਵੱਲੋਂ ਠੀਕ ਹੈ ਆਰਬੀ ਦੇ ਤਿੰਨ ਮੈਂਬਰਸ ਕਿਹੜੇ ਨੇ ਗਵਰਨਮੈਂਟ ਦੇ ਤਿੰਨ ਮੈਂਬਰਸ ਕਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਦੱਸਣੇ ਹੈ ਔਰ ਗਵਰਨਮੈਂਟ ਦੇ ਤਿੰਨੋਂ ਮੈਂਬਰਸ ਇੰਪੋਰਟੈਂਟ ਬਣਨਗੇ ਕਿਉਂਕਿ ਬਿਲਕੁਲ ਹਾਲਾ ਹੀ ਦੇ ਵਿੱਚ ਚੇਂਜ ਕੀਤੇ ਗਏ ਨੇ ਤਿੰਨੋਂ ਮੈਂਬਰਸ ਦੇ ਨਾਮ ਇੰਪੋਰਟੈਂਟ ਬਣਨਗੇ 6 ਦੇ 6 ਮੈਂਬਰਸ ਕਮੈਂਟ ਬਾਕਸ ਦੇ ਵਿੱਚ ਦੱਸਣੇ ਨੇ ਇਸ ਤੋਂ ਇਲਾਵਾ ਦੋ ਗਵਰਨਰਸ ਦੱਸਣੇ ਨੇ ਕਮੈਂਟ ਬਾਕਸ ਦੇ ਵਿੱਚ ਨੈਕਸਟ ਹੈ Which of the following bank has launched saving account scheme Fed first Fed first naam di saving account scheme children's de layi launch kiti gayi hai Federal Bank dwara Fed to Fed hi rakhange Federal Bank dwara isnu launch kiti ਠੀਕ ਹੈ Federal Bank di gall karde ha 1931 de vich banaya gaya si is the head quarter Kerala de vich hai Kerala di Aluva Aluva de vich hai head quarter एस बी आई हैडक्वाटर मुंबई के दिनेश कुमार खारा चेयरमैन ने नाम इंपोर्टेंट रहेगा इस अश्वनी भाटिया एम डी ने और अश्वनी कुमार तिवारी अश्वनी कुमार तिवारी और एक होर परसन से मेरे माइंड चो नाम स्किप कर रहे हैं कुछ रामाचंद्रन समथिंग ना, नाम सेगा जिन्हों रीसेंटली एम डी बनाया गया एम डी सीओ एस बी आई दो एम डीज नए बनाए गए ने एस बी आई द ਇਹ ਰੱਖਾਂਗੇ ਅਸ਼ਵਨੀ ਕੁਮਾਰ Tiwari ਜੋ ਕਿ ਐਸਬੀਆਈ ਕਾਰਡ ਦੇ ਐਸਬੀਆਈ ਕਾਰਡ ਦੇ ਹੈਡ ਸੀਗੇ ਪੰਜਾਬ ਨੈਸ਼ਨਲ ਬੈਂਕ ਪੰਜਾਬ ਅੱਛਾ RAM RAMA RAO AWARA ਸਮਥਿੰਗ ਇਸ ਤਰੀਕੇ ਦਾ ਨਾਮ ਸੀ ਜਿਨ੍ਹਾਂ ਨੂੰ ਐਸਬੀਆਈ ਕਾਰਡ ਦੇ ਹੈਡ ਬਣਾ ਦਿੱਤਾ ਗਿਆ ਸੀ ਕਿਉਂਕਿ ਇਹ ਪੋਸਟ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਬਣਾਇਆ ਗਿਆ ਐਸਬੀਆਈ ਕਾਰਡ ਦੇ ਹੈਡ ਠੀਕ ਹੈ ਪੰਜਾਬ ਨੈਸ਼ਨਲ ਬੈਂਕ ਹੈਡ ਹੈਡਕੁਆਟਰ ਦਿੱਲੀ ਦੇ ਵਿੱਚ ਹੈ ਇੰਪੋਰਟੈਂਟ ਰਹੇਗਾ ਐਸਐਸ ਮਲਿਕਾ ਅਰਜੁਨ ਰਾਉ ਦਾ ਨਾਮ ਇੰਪੋਰਟੈਂਟ ਰਹੇਗਾ ਜੋ ਕਿ ਇਸ ਦੇ ਹੈਡ ਨੇ ਨੈਕਸਟ ਇੰਡੀਅਨ ਨੇਵੀ ਇੰਡੀਅਨ ਨੇਵੀ ਦੁਆਰਾ 3 ਮੇਡ ਇਨ ਇੰਡੀਆ ਐਡਵਾਂਸਡ ਲਾਈਟ ਹੈਲੀਕਾਪਟਰਸ ਰਿਸੀਵ ਕੀਤੇ ਗਏ ਨੇ ਐਮਕੇ 3 ਐਮਕੇ 3 ਹੈਲੀਕਾਪਟਰਸ ਨੇ ਜੋ ਇਹ ਐਡਵਾਂਸਡ ਲਾਈਟ ਹੈਲੀਕਾਪਟਰਸ ਨੇ ਜੋ ਕਿ ਇੰਡੀਅਨ ਨੇਵੀ ਨੇ 16 ਆਰਡਰ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ 3 ਇਹਨਾਂ ਨੂੰ ਬਣਾ ਕੇ ਦੇ ਦਿੱਤੇ ਗਏ ਨੇ ਤਾਂ ਇਹ ਆਰਡਰ ਕਿੰਨਾ ਤੋਂ ਕਿਤੇ ਗਏ ਸੀ ਠੀਕ ਹੈ ਫੋਰ ਐਗਜ਼ਾਮਪਲ ਰੀਸੈਂਟਲੀ ਅਪਾ ਤੇਜਸ ਬਾਰੇ ਡਿਸਕਸ ਕੀਤਾ ਸੀ ਤੇਜਸ ਆਰਡਰ ਕੀਤਾ ਗਏ ਨੇ ਤਾਂ 83 ਤੇਜਸ ਬਣਵਾਏ ਜਾਣਗੇ ਜਿਨ੍ਹਾਂ ਦੇ ਵਿੱਚੋਂ 73 ਯੂਜ਼ ਕੀਤੇ ਜਾਣਗੇ ਔਰ ਬਾਕੀ 10 ਟ੍ਰੇਨਿੰਗ ਦੇ ਲਈ ਯੂਜ਼ ਕੀਤੇ ਜਾਣਗੇ ਠੀਕ ਹੈ ਤਾਂ ਉਹ ਕਿੰਨਾ ਤੋਂ ਲਿੱਤੇ ਗਏ ਸੀ ਉਹ ਵੀ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਔਰ ਇਹੇ ਵੀ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਤੋਂ ਹਿੰਦੁਸਤਾਨ ਐਰਨੋਟਿਕਸ ਲਿਮਟਿਡ 1940 ਦੇ ਵਿੱਚ ਬਣਾਇਆ ਗਿਆ ਸੀ ਬੈਂਗਲੌਰ ਦੇ ਵਿੱਚ ਹੈਡਕੁਆਟਰ ਹੈ ਔਰ ਆਰ ਮਾਧਵਨ ਇਜ਼ ਦੇ ਹੈਡ ਆਰ ਮਾਧਵਨ ਠੀਕ ਹੈ ਇੰਪੋਰਟੈਂਟ ਰਹੇਗਾ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਹੈ ਹਿੰਦੁਸਤਾਨ ਐਰਨੋਟਿਕਸ ਲਿਮਟਿਡ ਇਸ ਤੋਂ ਇਲਾਵਾ ਇੰਡੀਅਨ ਨੇਵੀ ਦੇ ਹੈਡ ਕਰਨਵੀਰ ਸਿੰਘ ਨੇ ਇੰਪੋਰਟੈਂਟ ਰਹੇਗਾ ਨੇਵੀ ਡੇ ਨੇਵੀ ਡੇ 4 ਦਸੰਬਰ ਨੂੰ ਅਬਜ਼ਰਵ ਕੀਤਾ ਜਾਂਦਾ ਹੈ ਇਹ ਵੀ ਇੰਪੋਰਟੈਂਟ ਰਹੇਗਾ ਭਾਰਤ ਇਲੈਕਟ੍ਰੋਨਿਕਸ ਦਾ ਹੈਡਕੁਆਟਰ ਬੈਂਗਲੌਰ ਦੇ ਵਿੱਚ भारत डायनामिक्स का दा है हैदराबाद डीआरडीओ हैडकुआटर न्यू दिल्ली के भारत अर्थ मूवर्स लिमिटेड का हैडक्ुआर भी बेंगलोर है ठीक है जी नेक्स्ट हू हैज़ बीन अपॉइंटड एज चेयरमैन ऑफ नैशनल सेफट्टी काउंसल नैशनल सेफट्टी काउंसल चेयरमैन कौन अपंट किए गए नैशनल सेफ्टी काउंसल ਚੇਅਰਮੈਨ ਬਣਾਈ ਗਏ ਨੇ ਐਸ ਐਨ ਸੁبرਮਨਿਅਮ ਐਸ ਐਨ ਸੁبرਮਨਿਅਮ 3 ਸਾਲ ਦੇ ਲਈ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਪੂਰੀ ਡਿਟੇਲ ਡਿਸਕਸ ਕਰ ਲੈਣੇ ਆ ਬਾਕੀ ਦੋ ਆਪਸ਼ਨ ਰੀਸੈਂਟਲੀ ਨਿਊਜ਼ ਦੇ ਵਿੱਚ ਨੇ ਇਹਨਾਂ ਬਾਰੇ ਡਿਸਕਸ ਕਰਦੇ ਆ ਬੀਬੀ ਲਾਲ ਦੀ ਅਗਰ ਆਪਾਂ ਗੱਲ ਕਰੀਏ ਔਰ ਸੁਦਰਸ਼ਨ ਸਾਹੂ ਦੀ ਗੱਲ ਕਰਦੇ ਆ ਇਹ ਦੋ ਨਾਮ ਆਪਾਂ ਕੁਝ ਦਿਨ ਪਹਿਲੇ ਡਿਸਕਸ ਕੀਤੇ ਸੀ ਪਦਮ ਵਿਭੂਸ਼ਣ ਅਵਾਰਡ ਆਪਾਂ ਡਿਸਕਸ ਕੀਤਾ ਕਿ ਪਦਮ ਵਿਭੂਸ਼ਣ ਅਵਾਰਡ ਟੋਟਲ 7 ਲੋਕਾਂ ਨੂੰ ਦਿੱਤਾ ਗਿਆ ਪਦਮ ਭੂਸ਼ਣ ਟੋਟਲ 10 ਲੋਕਾਂ ਨੂੰ ਦਿੱਤਾ ਗਿਆ ਯਾ ਰੱਖਾਂਗੇ ਤਾਂ ਪਦਮ ਵਿਭੂਸ਼ਣ ਹੈ ਜੋ ਜਿਹੜੇ 7 ਲੋਕਾਂ ਨੂੰ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਦੋ ਨਾਮ ਨੇ ਬੀਬੀ ਲਾਲ ਸੁਦਰਸ਼ਨ ਸਾਹੂ ਬੀਬੀ ਲਾਲ ਔਰ ਸੁਦਰਸ਼ਨ ਸਾਹੂ ਤਾਂ ਜਿਹੜੇ ਬੀਬੀ ਲਾਲ ਨੇ ਬੀਬੀ ਲਾਲ ਨੂੰ ਕਿਉਂ ਦਿੱਤਾ ਗਿਆ ਸੀ ਬੀਬੀ ਲਾਲ ਬੇਸਿਕਲੀ ਦਿੱਲੀ ਤੋਂ ਬਿਲੋਂਗ ਕਰਦੇ ਨੇ ਔਰ ਆਰਕੀਓਲੋਜੀ ਦੇ ਲਈ ਦਿੱਤਾ ਗਿਆ ਸੀ ਠੀਕ ਹੈ ਬੇਸਿਕਲੀ ਇਹ ਜਿਹੜੇ ਜੁੜੇ ਹੋਏ ਨੇ ਅ ਅਯੋਧਿਆ ਦੇ ਨਾਲ ਆਪਾਂ ਡਿਸਕਸ ਕੀਤਾ ਸੀ ਕਿ ਅਯੋਧਿਆ ਤਾਂ ਯਾ ਰੱਖਾਂਗੇ ਅਯੋਧਿਆ ਦੀ ਜਿਹੜੇ ਪੁਰਾਣੇ ਮੰਦਿਰ ਦੀ ਕਹਾਂਗੇ ਕਿ ਐਗਜ਼ਿਸਟੈਂਸ ਹੈ ਉਹਨਾਂ ਦੇ ਬਾਰੇ ਦੱਸਿਆ ਗਿਆ ਸੀ ਫਾਈਂਡ ਆਊਟ ਕੀਤਾ ਗਿਆ ਸੀ ਬੀਬੀ ਲਾਲ ਦੋ ਸੁਦਰਸ਼ਨ ਸਾਹੂ 오ਡੀਸਾ ਤੋਂ ਬਿਲੋਂਗ ਕਰਦੇ ਨੇ ਸਾਹੂ ਆਪਾਂ ਡਿਸਕਸ ਕੀਤਾ ਸੀ ਕਿ ਆਰਟ ਅਤੇ ਆਰਟਸ ਤੋਂ ਬਿਲੋਂਗ ਕਰਦੇ ਨੇ ਸੁਦਰਸ਼ਨ ਸਾਹੂ ਔਰ ਇਹਨਾਂ ਦੀ ਉਥੇ 21 ਹੈ 오ਡੀਸਾ ਪੂਰੀ ਦੇ ਵਿੱਚ ਇਹਨਾਂ ਦੀ ਪ੍ਰਦਰਸ਼ਨੀ ਠੀਕ ਹੈ ਇਸ ਤੋਂ ਇਲਾਵਾ ਐਸਐਨ ਸੁਬ੍ਰਮਨਿਅਮ ਆਪਾਂ ਡਿਸਕਸ ਕਰ ਲਿਆ ਅਪੁਆਇੰਟ ਕੀਤੇ ਗਏ ਨੇ ਚੇਅਰਮੈਨ ਆਫ ਨੈਸ਼ਨਲ ਸੇਫਟੀ ਕਾਉਂਸਲ 3 ਸਾਲਾਂ ਦੇ ਲਈ ਇਹ ਸੀਈਓ ਨਰ ਐਮ ਡੀ ਨੇ ਐਲ ਐਨ ਟੀ ਲਿਮਿਟਿਡ ਦੇ ਐਲ ਐਨ ਟੀ ਕੰਪਨੀ ਹੈ ਜੋ ਕੰਸਟਰਕਸ਼ਨ ਕੰਪਨੀ ਉਸ ਦੇ ਸੀਈਓ ਵੀ ਨੇ ਆਇਸ਼ਾ ਅਜ਼ੀਜ਼ ਆਇਸ਼ਾ ਅਜ਼ੀਜ਼ ਇੰਡੀਆਜ਼ ਯੰਗੇਸਟ ਫੀਮੇਲ ਪਾਇਲਟ ਬਣੇ ਨੇ ਐਟ ਦਾ ਏਜ ਆਫ 25 25 ਸਾਲ ਦੀ ਉਮਰ ਦੇ ਵਿੱਚ ਇੰਡੀਆ ਦੇ ਯੰਗੇਸਟ ਪਾਇਲਟ ਕੌਣ ਬਣੇ ਨੇ ਆਇਸ਼ਾ ਅਜ਼ੀਜ਼ ਸ਼ੀ ਆਲਸੋ ਬਿਕਮ ਯੰਗੇਸਟ ਸਟੂਡੈਂਟ ਪਾਇਲਟ ਟੂ ਗੈਟ ਲਾਇਸੈਂਸ ਐਟ ਦਾ ਏਜ ਆਫ 15 ইয়ার্স लाइसेंस लैन वाले भी सब तो पहले या यंगेस्ट स्टूडेंट बने से पंद्रह साल की उम्र ठीक है जी रशिया तो ट्रेनिंग लीती है इन्होंने और मिग उड़ाया से ठीक है मिग एयरक्राफ्ट है जो इंडिया का वह उड़ाया सी ठीक है और ट्रेनिंग कितें लीती है रशिया तो दो पॉइंट इंपोर्टेंट रहेंगे डॉक्टर प्रतेश गांधी USA ਪ੍ਰੈਜ਼ੀਡੈਂਟ ਜੋ ਬਿڈن ਦੁਆਰਾ ਇੰਡੀਅਨ ਅਮਰੀਕਨ ਡਾਕਟਰ ਪ੍ਰਤੇਸ਼ ਗਾਂਧੀ ਗਾਂਧੀ ਨੂੰ ਚੀਫ ਮੈਡੀਕਲ ਆਫੀਸਰ ਚੀਫ ਮੈਡੀਕਲ ਆਫੀਸਰ ਬਣਾਇਆ ਗਿਆ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਨੈਕਸਟ ਹੂ ਹੈਜ਼ ਬੀਨ ਇੰਡਕਟਡ ਇਨ ਆਸਟ੍ਰੇਲੀਅਨ ਕ੍ਰਿਕਟ ਹਾਲ ਆਫ ਫੇਮ ਆਸਟ੍ਰੇਲੀਅਨ ਕ੍ਰਿਕਟ ਹਾਲ ਆਫ ਫੇਮ ਦੇ ਵਿੱਚ ਕਿੰਨਾ ਦਾ ਨਾਮ ਐਡ ਕੀਤਾ ਗਿਆ ਲੀਜ਼ਾ ਸਥਿਲਿਕ ਲੀਜ਼ਾ ਸਥਿਲਕਰ ਇੱਕ ਮੇਲ ਕ੍ਰਿਕਟਰ ਆਪਾਂ ਕੁਝ ਦਿਨ ਪਹਿਲੇ ਡਿਸਕਸ ਕੀਤੇ ਸੀ ਠੀਕ ਹੈ ਫੀਮੇਲ ਕ੍ਰਿਕਟਰਰ ਦੇ ਵਿੱਚੋਂ ਲੀਜ਼ਾ ਸਥੇਲਕਰ ਦਾ ਨਾਮ ਵੀ ਆਸਟ੍ਰੇਲੀਅਨ ਕ੍ਰਿਕਟ ਹਾਲ ਆਫ ਫੇਮ ਦੇ ਵਿੱਚ ਐਡ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਬਾਕੀ ਚਾਰ ਆਪਸ਼ਨ ਉਹੀ ਪਦਮ ਵਿਭੂਸ਼ਣ ਦੇ ਵਿੱਚੋਂ ਨੇ ਪਦਮ ਵਿਭੂਸ਼ਣ ਟੋਟਲ 7 ਲੋਕਾਂ ਨੂੰ ਦਿੱਤਾ ਗਿਆ ਦੋ ਨਾਮ ਆਪਾਂ ਹੁਣੇ ਡਿਸਕਸ ਕੀਤੇ ਬਾਕੀ ਚਾਰ ਨਾਮ ਇੱਥੇ ਨੇ ਇੱਕ ਨਾਮ ਜਿਹੜਾ ਰਹਿ ਗਿਆ ਉਹ ਕੋਨ ਨੇ ਸ਼ਿੰਜੋ ਆਬੇ ਕਾਮਨ ਨੇਮ ਹੈ ਹਰ ਇੱਕ ਨੂੰ ਯਾਦ ਹੋ ਗਿਆ ਹੋਵੇਗਾ ਪ੍ਰਾਈਮ ਮਿਨਿਸਟਰ ਨੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਸੀਗੇ ਹੁਣ यौशाई सूगा ने इन तो बाद बी एम हेगड़े बी एम हेगड़े नरेंद्र सिंह कपानी नरेंद्र सिंह कपानी एस पी सुब्रमण्यन एसपी एस पी बाला सुब्रमण्यन मौलाना वोहुद्दीन खान मौलाना वोहुद्द्दीन खान ठीक है जी नाम याद रखेंगे इंपॉर्टेंट बनेंगे डायरेक्टली क्वेश्चन ये भी पूछा जा सकता है कि फॉर एग्जांपल चार यानी कि अगर पांच ओप्शन ने चार ਪਦਮ ਵਿਭੂਸ਼ਣ ਦੇ ਵਿੱਚੋਂ ਦੇ ਕੇ ਇੱਕ ਪਦਮ ਭੂਸ਼ਣ ਚੋਂ ਦੇ ਕੇ ਕਿ ਇਹਨਾਂ ਦੇ ਵਿੱਚੋਂ ਕਿ ਕਿਹਨਾਂ ਨੂੰ ਪਦਮ ਵਿਭੂਸ਼ਣ ਨਹੀਂ ਦਿੱਤਾ ਗਿਆ ਠੀਕ ਹੈ ਇਸ ਕਰਕੇ ਆਪਣੇ ਲਈ 7 ਦੇ 7 ਨਾਮ ਡਾਇਰੈਕਟਲੀ ਇੰਪੋਰਟੈਂਟ ਬਣਨਗੇ ਪਦਮ ਵਿਭੂਸ਼ਣ ਦੇ ਔਰ ਉਸ ਤੋਂ ਬਾਅਦ 10 ਦੇ 10 ਨਾਮ ਆਪਣੇ ਪਦਮ ਭੂਸ਼ਣ ਦੇ ਠੀਕ ਹੈ ਰਿਵਾਈਜ਼ ਕਰਦੇ ਚੱਲਾਂਗੇ ਚੱਲਦੇ ਆ नेक्स्ट ਕੁਐਸਚਨ ਦੇ ਵੱਲ ਕਪੀਲਾ ਕਪੀਲਾ ਫੋਰ ਇੰਟੈਲੈਕਚੁਅਲ ਪ੍ਰੋਪਰਟੀ ਲਿਟਰੇਸੀ ਐਂਡ ਕ੍ਰੀਏਟਿੰਗ पेटेंट अवेयरनेस इन इज लॉन्च बाय बेसिकली एक इनिशिएटिव है जो कि जो कि किन्च किया रमेश पोखरियाल निशांक ने रमेश पोखरियाल निशांक एजुकेशन मिनिस्टर ने पहले भी यह न्यूज़ डिस्कस की हुई है पहले अनाउंसमेंट की गई कि अनाउंसमेंट कदों की गई सी पंद्रह अक्टूबर न की गई सी पंद्रह अक्टूबर सू याद होगा पंद्रह अक्टूबर की गई सी क्यों क्योंकि यह 15 ਅਕਤੂਬਰ ਜਿਹੜੀ ਡੇਟ ਹੈ ਏਪੀਜੀ ਅਬਦੁਲ ਕਲਾਮ ਦਾ ਬਰਥ ਐਨੀਵਰਸਰੀ ਹੈ ਏਪੀਜੀ ਅਬਦੁਲ ਕਲਾਮ ਦੀ ਬਰਥ ਐਨੀਵਰਸਰੀ ਹੈ ਉਦੋਂ ਇਹ ਅਨਾਉਂਸਮੈਂਟ ਕੀਤੀ ਗਈ ਸੀ ਇਸ ਨੂੰ ਬਣਾਉਣ ਦੀ ਫਾਈਨਲੀ ਇਸ ਨੂੰ ਲਾਂਚ ਕੀਤਾ ਗਿਆ ਕਾਪੀਲਾ ਫੁੱਲ ਫਾਰਮ ਇੰਪੋਰਟੈਂਟ ਰਹੇਗੀ ਡਿਸਕਸ ਕਰਦੇ ਹਾਂ ਪੂਰੀ ਡਿਟੇਲ ਰਮੇਸ਼ ਪੋਖਰੀਆ ਨਿਸ਼ਾਨਕ ਐਜੂਕੇਸ਼ਨ ਮਿਨਿਸਟਰ ਨੇ ਹਰੀਦਵਾਰ ਉੱਤਰਾਖੰਡ ਤੋਂ ਲੋਕ ਸਭਾ ਐਮਪੀ ਅਮਿਤ ਸ਼ਾ ਹੋਮ ਮਿਨਿਸਟਰ ਗਾਂਧੀਨਗਰ ਗੁਜਰਾਤ ਤੋਂ ਲੋਕ ਸਭਾ ਐਮਪੀ राजनाथ सिंह डिफेंस मिनिस्टर लखनऊ यूपी तो लोकसभा एमपी रवि शंकर प्रसाद लॉ मिनिस्टर कम्युनिकेशन मिनिस्टर आईटी मिनिस्टर पटना बिहार तो लोकसभा एमपी और नरेंद्र सिंह तोमर नरेंद्र सिंह तोमर की गल कर तो एग्रीकल्चर मिनिस्टर एग्रीकल्चर मिनिस्टर रूरल डेवलपमेंट मिनिस्ट्री इन्हें लगे पंचायती राज मिनिस्ट्री और फूड प्रोसैसिंग मिनिस्ट्री फूड प्रोसैसिंग मिनिस्ट्री एना रवे मोरियाना मध्य प्रदेश तो लोग सभा एम पी ठीक है जी न्यूज़ डिस्कस करते हैं कि रमेश पोखरियाल निशांक द्वारा कपिला कपिला की फुलफॉर्म है कलाम प्रोग्राम फॉर इंटलैक्चुअल प्रॉपर्टी लिटरेसी एंड अवेयरनेस कलाम प्रोग्राम फॉर इंटलैक्चुअल प्रॉपर्टी इंटलैक्चुअल प्रॉपर्टी literacy and awareness campaign ਠੀਕ ਹੈ ਜੀ ਫੋਰ ਕ੍ਰੀਏਟਿੰਗ ਅਵੇਅਰਨੈਸ ਰਿਗਾਰਡਿੰਗ ਇੰਟੈਲੈਕਚੁਅਲ ਪ੍ਰੋਪਰਟੀ ਐਜੂਕੇਸ਼ਨ ਮਿਨਿਸਟਰੀ ਦੁਆਰਾ ਹੀ ਰੈ residențial ਸਕੂਲ ਜਿਹੜੇ ਕਿ ਸਮਗ੍ਰ ਸਿੱਖਿਆ ਅਭਿਆਨ ਦੇ ਅੰਦਰ ਆਪਾਂ ਡਿਸਕਸ ਕੀਤਾ ਸੀ ਕਿ ਸਮਗ੍ਰ ਸਿੱਖਿਆ ਅਭਿਆਨ ਦੇ ਅੰਦਰ ਕਮੈਂਟ ਬਾਕਸ ਵਿੱਚ ਦੱਸਨੇ ਕਿ ਸਮਗ੍ਰ ਸਿੱਖਿਆ ਅਭਿਆਨ ਦੇ ਅੰਦਰ ਕਿੰਨੇ ਬਜਟ ਦੇ ਵਿੱਚ ਦੱਸੇ ਗਏ ਸੀ ਕਿੰਨੇ ਸੈਨਿਕ ਸਕੂਲ ਬਣਾਏ ਜਾਣਗੇ ਠੀਕ ਹੈ ਕਿੰਨੇ ਬਣਾਏ ਜਾਣਗੇ ਕਮੈਂਟ ਬਾਕਸ ਦੇ ਵਿੱਚ ਦੂਸਰਾ ਕੁਐਸਚਨ ਕਿ ਜਿਹੜੇ ਅਨਾਉਂਸ ਕੀਤੀ ਗਈ ਸੀ ਯੂਨੀਵਰਸਿਟੀ ਯੂਨੀਵਰਸਿਟੀ ਕਿੱਥੇ ਲਗਾਈ ਜਾਏਗੀ ਇੱਕ ਯੂਨੀਵਰਸਿਟੀ ਅਨਾਉਂਸ ਕੀਤੀ ਗਈ ਸੀ ਸੈਨਿਕ ਸਕੂਲ ਅਨਾਉਂਸ ਕੀਤੇ ਗਏ ਸੀ ਕਿੰਨੇ ਸੈਨਿਕ ਸਕੂਲ ਔਰ ਯੂਨੀਵਰਸਿਟੀ ਕਿੱਥੇ ਲਗਾਈ ਜਾਏਗੀ ਠੀਕ ਹੈ ਕੁਐਸਚਨਸ ਨੋਟ ਕਰਦੇ ਚੱਲਿਆ ਕਰੋ ਸੈਸ਼ਨ ਦੇ ਐਂਡ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਆ ਕਰੋ समग्र शिक्षा अभियान की अगर गल करते हैं तो इस दे अंडर जेड स्कूल्स बनाए गए हैं उन्होंने नाम अनाउंस किया गया है कि नेता जी सुभाष चंद्र बोस के दे नाम देते उन्होंने नाम रखा जाएगा नैक्स्ट विच ऑफ द फॉलोइंग मिनिस्ट्री हैज पार्टनर विद जोमैटो टू मेक स्ट्रीट फूड वेंडरस ऑनलाइन स्ट्रीट फूड वेंडरस स्ट्रीट फूड वेंडरस के लिए याद होएगा आप डकस की स्कीम प्राइम मिनिस्टर ਸਵ ਨidhi ਸਕੀਮ ਸਵ ਨidhi ਸਕੀਮ ਪਰਮਿਸਟਰ ਸਵ ਨidhi ਸਕੀਮ ਦੇ ਅੰਦਰ ਫੂਡ ਵੈਂਡਰਸ ਨੂੰ ਜੋੜਿਆ ਗਿਆ ਸੀ ਠੀਕ ਹੈ ਜਿਸ ਦੇ ਲਈ Zomato Zomato ਦੇ ਨਾਲ ਐਗਰੀਮੈਂਟ ਸਾਈਨ ਕੀਤਾ ਗਿਆ Zomato ਦੇ ਨਾਲ ਐਗਰੀਮੈਂਟ ਸਾਈਨ ਕੀਤਾ ਗਿਆ ਤਾਂ ਕਿਹੜੀ ਮਿਨਿਸਟਰੀ ਦੇ ਅੰਦਰ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ ਠੀਕ ਹੈ ਇਹ ਨਿਊਜ਼ ਵੀ ਆਪਾਂ ਪਹਿਲੇ ਡਿਸਕਸ ਕੀਤੀ ਹੋਈ ਹੈ इस दे फाइनली हम एक एप्लीकेशन लॉन्च की गई और इस दिल डाटा भी जारी किया गया तो प्राइम मिनिस्टर स्वनिधि स्कीम के अंडर जोमैटो हाउसिंग एंड अरबन अफेयरस मिनिस्ट्री के न पार्टनरशिप की गई ठीक है याद रखा अच्छा हाउसिंग एंड अरबन अफेयरस मिनिस्ट्री है किस देवे तो यह इंपोर्टेंट रहेगा हरदीप सिंह पुरी लवे है इस तुला तो सिविल एविएशन मिनिस्टरी भी होल्ड कर रहे हैं और राज्य सभा एम पी ने उत्तर प्रदेश तो ਠੀਕ ਹੈ ਬਾਕੀ ਆਪਸ਼ਨਸ ਦੀ ਗੱਲ ਕਰਦੇ ਹਾਂ ਤਾਂ ਹੈਲਥ ਮਿਨਿਸਟਰੀ ਡਾਕਟਰ ਹਰਸ਼ ਵਰਧਨ ਦੇ ਲਵੇ ਹੈ ਕਲਚਰ ਮਿਨਿਸਟਰੀ ਪ੍ਰਲਾਦ ਸਿੰਘ ਪਟੇਲ ਲਵੇ ਹੈ ਫਾਈਨੈਂਸ ਮਿਨਿਸਟਰੀ ਨਿਰਮਲਾ ਸੀਤਾਰਮਨ ਲਵੇ ਔਰ ਐਜੂਕੇਸ਼ਨ ਮਿਨਿਸਟਰੀ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ ਨਿਰਮਲਾ ਸੀਤਾਰਮਨ ਦੀ ਗੱਲ ਕਰਦੇ ਹਾਂ ਇਹਨਾਂ ਦੁਆਰਾ ਬਜਟ ਅਨਾਉਂਸ ਕੀਤਾ ਗਿਆ ਬਜਟ ਤੀਸਰਾ ਬਜਟ ਸੀਗਾ ਜੋ ਇਹਨਾਂ ਦੁਆਰਾ ਅਨਾਉਂਸ ਕੀਤਾ ਗਿਆ ਹੈ ਸਭ ਤੋਂ ਜ਼ਿਆਦਾ ਬਾ ਮੋਰਾਜੀ ਦੇਸਾਈ ਨੇ ਬਜਟ ਅਨਾਉਂਸ ਕੀਤਾ ਹੈ ਪਹਿਲਾ ਇੰਡੀਪੈਂਡੈਂਟ ਇੰਡੀਆ ਦਾ ਬਜਟ ਜੋਨ ਮਿਠਾਈ ਦੁਆਰਾ ਕੀਤਾ ਗਿਆ ਸੀ ਠੀਕ ਹੈ ਇਸ ਤਰੀਕੇ ਦੇ ਜਿਹੜੇ ਫੈਕਟਸ ਨੇ ਡਾਇਰੈਕਟਲੀ ਵਨ ਲਾਈਨਰ ਦੇ ਵਿੱਚ ਸਟੈਟਿਕ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਕਿ ਸਭ ਤੋਂ ਜ਼ਿਆਦਾ ਵਾਰ ਸਭ ਤੋਂ ਜ਼ਿਆਦਾ ਵਾਰ ਵੀ ਕਿੰਨੀ ਵਾਰ 10 ਵਾਰ ਮੋਰਾਜੀ ਦੇਸਾਈ ਦੁਆਰਾ ਠੀਕ ਹੈ ਇਹਨਾਂ ਦਾ ਪਹਿਲਾ ਬਜਟ ਜੋ ਕਿ ਪੇਪਰਲੈਸ ਹੈ ਠੀਕ ਹੈ ਲਾਸਟ ਈਅਰ ਜਿਹੜਾ ਬਜਟ ਸੀਗਾ ਉਸ ਦੇ ਵਿੱਚ ਵਰਡ ਆਇਆ ਸੀ ਬਹੀ ਖਾਤਾ ਬਹੀ ਖਾਤਾ ਇਹ ਰੱਖਾਂਗੇ ਇਸ ਤੋਂ ਇਲਾਵਾ ਨਿਊਜ਼ ਨੇ ਡਿਸਕਸ ਕਰਦੇ ਆ ਫੋਰ ਏਗਜ਼ਾਮਪਲ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ ਦੁਆਰਾ ਹੀ ਕੋਨੇ ਹਰਦੀਪ ਸਿੰਘ ਪੂਰੀ ਇਹਨਾਂ ਦੁਆਰਾ ਭੂਮੀ ਪੂਜਨ ਸੈਰੇਮੋਨੀ ਆਰਗੇਨਾਈਜ਼ ਕੀਤੀ ਗਈ ਸੈਂਟਰਲ ਵਿਸਟਾ ਐਵੇਨਿਊ ਦੀ ਅਗਰ ਕਿਸੇ ਨੂੰ ਯਾਦ ਹੋਵੇ ਸੈਂਟਰਲ ਵਿਸਟਾ ਐਵੇਨਿਊ ਸੈਂਟਰਲ ਵਿਸਟਾ ਐਵੇਨਿਊ ਕੀ ਚੀਜ਼ ਹੈ ਜਿਹੜੀ ਪਾਰਲੀਮੈਂਟਰੀ ਬਿਲਡਿੰਗ ਹੈ ਅਪਾ ਡਿਸਕਸ ਕੀਤਾ ਸੀ ਕਿ ਪਾਰਲੀਮੈਂਟਰੀ ਬਿਲਡਿੰਗ ਹੈ ਜੋ ਇਹ ਬਣਾਈ ਜਾ ਰਹੀ ਹੈ ਠੀਕ ਹੈ 2022 ਤੱਕ ਕੰਪਲੀਟ ਹੋ ਜੇਗੀ ਇਹ ਬਿਲਡਿੰਗ ਦਾ ਜਿਹੜਾ ਪ੍ਰੋਜੈਕਟ ਹੈ ਉਸ ਦਾ ਨਾਮ ਸੈਂਟਰਲ ਵਿਸਟਾ ਐਵੇਨਿਊ ਹੈ ਸੈਂਟਰਲ ਵਿਸਟਾ ਐਵੇਨਿਊ ਠੀਕ ਹੈ ਇਸ ਦੀ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਸੀਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਇਸ ਦੀ ਭੂਮੀ ਪੂਜਨ ਕੀਤੀ ਗਈ ਹੈ ਕਿਨਾਂ ਦੁਆਰਾ ਹਰਦੀਪ ਸਿੰਘ ਪੂਰੀ ਦੁਆਰਾ ਠੀਕ ਹੈ ਕਿਹੜੀ ਕੰਪਨੀ ਬਣਾ ਰਹੀ ਹੈ ਯਾਰ ਕਹਾਂਗੇ ਟਾਟਾ ਬਣਾ ਰਹੀ ਹੈ ਟਾਟਾ ਨੇ ਇਸ ਦਾ ਐਗਰੀਮੈਂਟ ਜਿੱਤਿਆ ਸੀ ਇਹ ਟੈਂਡਰ ਕਹਾਂਗੇ ਜਿੱਤਿਆ ਸੀ फाइनेंस मिनिस्ट्री फाइनेंस मिनिस्टर निर्मला सीतारमण ਦੁਆਰਾ 3rd 3rd ਫੇਜ਼ ਆਫ ਚਾ ਬਗੀਚਾ ਧਨ ਪੁਰਸਕਾਰ ਮੇਲਾ ਚਾ ਬਗੀਚਾ ਧਨ ਪੁਰਸਕਾਰ ਮੇਲਾ ਕਿੱਥੇ ਆਰਗੇਨਾਈਜ਼ ਕੀਤਾ ਗਿਆ ਗੁਹਾਟੀ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਤੇ निर्मला सीतारमण ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਕਲਚਰ ਕਲਚਰ ਮਿਨਿਸਟਰੀ ਪਹਿਲਾੜ ਸਿੰਘ ਪਟੇਲ ਦੁਆਰਾ 8th ਮੀਟਿੰਗ ਨੂੰ ਕੋ-ਚੇਅਰ ਕੀਤਾ ਗਿਆ ਏਸ਼ੀਆਨ ਇੰਡੀਆ ਟੂਰਿਜ਼ਮ ਮਿਨਿਸਟਰਸ ਦੀ ਏਸ਼ੀਆਨ ਇੰਡੀਆ ਟੂਰਿਜ਼ਮ ਮਿਨਿਸਟਰਸ ਦੀ ਮੀਟਿੰਗ ਨੂੰ ਕੋ-ਚੇਅਰ ਕੀਤਾ ਗਿਆ ਕਿਸ ਦੇ ਨਾਲ ਮਿਲ ਕੇ ਤਾਂ ਕੰਬੋਡੀਆ ਦੇ ਨਾਲ ਇੱਥੇ ਸਕਿਪ ਹੋ ਗਿਆ ਆਈ ਥਿੰਕ ਕੰਬੋਡੀਆ ਕੰਬੋਡੀਆ ਕੰਟਰੀ ਦੇ ਨਾਲ ਮਿਲ ਕੇ ਇਸ ਇੰਡੀਆ ਨੇ ਇਸ ਨੂੰ ਕੋ-ਚੇਅਰ ਕੀਤਾ ਠੀਕ ਹੈ ਏਸ਼ੀਆ ਦਾ ਹੈੱਡਕ quarter ਯਾਦ ਰੱਖਾਂਗੇ ਜਕਾਰਤਾ ਇੰਡੋਨੇਸ਼ੀਆ ਦੇ ਵਿੱਚ ਹੈ 10 ਮੈਂਬਰ ਕੰਟਰੀਜ਼ ਨੇ ਇੰਪੋਰਟੈਂਟ ਰਹੇਗਾ ਵਿਦ ਵਿਚ ਕੰਟਰੀ ਇੰਡੀਆ ਸਾਈਨਡ ਐਗਰੀਮੈਂਟ ਐਗਰੀਮੈਂਟ ਇਨ ਦਾ ਫੀਲਡ ਆਫ ਰੀਨਿਊਏਬਲ એનર્ਜੀ ਰੀਨਿਊਏਬਲ એનર્ਜੀ ਦੇ ਫੀਲਡ ਦੇ ਵਿੱਚ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਹੈ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਹੈ ਕਿਹੜੀ ਕੰਟਰੀ ਦੇ ਨਾਲ ਤਾਂ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਬਹਿਰੇਨ ਦੇ ਨਾਲ ਇੰਡੀਆ ਨੇ ਬਹਿਰੇਨ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਹੈ ਰੀਨਿਊਏਬਲ એનર્ਜੀ ਸੈਕਟਰ ਦੇ ਫੀਲਡ ਦੇ ਵਿੱਚ ਬੇਸਿਕਲੀ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਫਰਸਟ जॉइंट वर्किंग ग्रुप मीटिंग ऑर्गेनाइज की गई इन द फील्ड ऑफ रिन्यूएबल एनर्जी और दोनों कंट्रीज द्वारा एग्रीमेंट साइन किया गया कैपिटल मनामा है करंसी दिनार ईरान कंडक्ट सर्जिकल स्ट्राइक इन पाकिस्तान टू फ्री देयर सोल्जर्स फ्रॉम जयश उल अदल ऑरगेनाइजेशन न्यूज काफ़ी ज्यादा कहेंगे कि हाईलाइट रही ਇਸ ਕਰਕੇ ਥੋੜਾ ਡਿਸਕਸ ਕਰ ਰਹੇ ਹਾਂ ਇਸ ਨਿਊਜ਼ ਦੇ ਵਿੱਚ ਹਾਲਾਂਕਿ ਕੁਐਸਚਨ ਪੁੱਛੇ ਜਾਣ ਦਾ ਕਾਫੀ ਰੀਅਰ ਚਾਂਸ ਹੈ ਕਿ ਪਾਕਿਸਤਾਨ ਦੇ ਵਿੱਚ ਇੰਡੀਆ ਸਰਜੀਕਲ ਸਟ੍ਰਾਈਕ ਕਰਦਾ ਸੀ ਇੰਡੀਆ ਨੇ ਸਰਜੀਕਲ ਸਟ੍ਰਾਈਕ ਕੀਤੀ ਠੀਕ ਹੈ ਕਾਫੀ ਹਾਈਲਾਈਟਰ ਰਿਹਾ ਉਸ ਟਾਈਮ ਵੀ ਲੇਕਿਨ ਹੁਣ ਈਰਾਨ ਦੁਆਰਾ ਵੀ ਈਰਾਨ ਦੇ ਬੇਸਿਕਲੀ ਕੁਝ ਸੋਲਜਰਸ ਨੂੰ ਪਾਕਿਸਤਾਨ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ ਜੈਸ਼ ਅਲ ਅਦਲ ਆਰਗੇਨਾਈਜੇਸ਼ਨ ਇਸ ਇਹਨਾਂ ਦੇ ਸੋਲਜਰਸ ਨੂੰ ਇਹਨਾਂ ਨੇ ਕੈਪਚਰ ਕਰ ਲਿਆ ਹੈ ਠੀਕ ਹੈ ਦੋ ਸੋਲਜਰਸ ਅਗੇ ਇਹਨਾਂ ਦੇ ਕੈਪਚਰ ਕਰ ਲਿਆ ਗਿਆ ਸੀ ਜਿਸ ਕਰਕੇ ਈਰਾਨ ਨੇ ਈਰਾਨ ਨੇ ਕੀ ਕੀਤਾ ਪਾਕਿਸਤਾਨ ਦਾ ਜੋ ਬਲੂਚਿਸਤਾਨ ਵਾਲਾ ਇਲਾਕਾ ਹੈ ਪਾਕਿਸਤਾਨ ਚਾਰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ ਹੈ ਪੰਜਾਬ ਹੋ ਗਿਆ ਸਿੰਧ ਹੋ ਗਿਆ ਠੀਕ ਹੈ ਇਸੇ ਤਰੀਕੇ ਨਾਲ ਬਲੂਚਿਸਤਾਨ ਹੋ ਗਿਆ ਜੋ ਬਲੂਚਿਸਤਾਨ ਵਾਲਾ ਇਲਾਕਾ ਹੈ ਉਥੇ ਸਰਜਿਕਲ ਸਟ੍ਰਾਈਕ ਕੀਤੀ ਔਰ ਆਪਣੇ ਸੋਲਜਰਸ ਨੂੰ ਰੈਸਕਿਊ ਕੀਤਾ ਠੀਕ ਹੈ ਈਰਾਨ ਕੈਪੀਟਲ ਤਹਿਰਾਨ ਕਰੰਸੀ ਰੀਅਲ ਚਲਦੀ ਹੈ ਵਰਲਡ ਟੋਲੈਸਟ ਸਵਿੰਗ ਰਾਈਡ ਵਰਲਡ ਟੋਲੈਸਟ ਸਵਿੰਗ ਰਾਈਡ ਬੋਲੀਵੁੱਡ ਸਕਾਈ ਫਲਾਇਰ ਸਕਾਈ ਫਲਾਇਰ ਕਿੱਥੇ ਓਪਨ ਕੀਤੀ ਗਈ ਹੈ ਬੋਲੀਵੁੱਡ ਪਾਰਕ ਦੁਬਈ ਦੇ ਵਿੱਚ ਤਕਰੀਬਨ 460 ਫੁੱਟ ਲੰਬੀ ਬੋਲੀਵੁੱਡ ਪਾਰਕਸ ਦੁਬਈ ਦੇ ਵਿੱਚ ਇੱਕ ਰਾਈਡ ਇੱਕ ਰਾਈਡ ਲਾਂਚ ਕੀਤੀ ਗਈ ਹੈ ਬੋਲੀਵੁੱਡ ਸਕਾਈ ਫਲਾਈ ਕੈਪੀਟਲ ਅਬੂ ਦਾਬੀ ਹੈ ਕਰੰਸੀ ਦਰਹਮ ਚਲਦੀ ਨੈਕਸਟ ਵਰਲਡ ਫਰਸਟ એનર્ਜੀ ਆਇਲੈਂਡ ਵਰਲਡ ਦਾ ਪਹਿਲਾ એનર્ਜੀ ਆਈਲੈਂਡ ਕਿੱਥੇ ਬਣਾਇਆ ਜਾਏਗਾ ਜਾਂ ਕਿਹੜੀ ਕੰਟਰੀ ਦੁਆਰਾ ਬਣਾਇਆ ਜਾਏਗਾ ਇਸ ਨੂੰ ਪਨਾਇਆ ਜਾਏਗਾ ਡੈਨਮਾਰਕ ਦੁਆਰਾ ਡੈਨਮਾਰਕ ਕੰਟਰੀ ਦੁਆਰਾ ਅਨਾਉਂਸ ਕੀਤਾ ਗਿਆ ਬੇਸਿਕਲੀ ਕੀ ਹੋਏਗਾ ਕਿ ਜਿਹੜੀ ਯੂਰੋਪੀਅਨ ਕੰਟਰੀਜ਼ ਨੇ ਉਹਨਾਂ ਦੇ ਲਈ ਇਹ ਬਣਾ ਰਹੀ ਹੈ ਡੈਨਮਾਰਕ ਕੀ ਇਸ ਤਰੀਕੇ ਨਾਲ ਇਸ ਨੂੰ ਡਿਵੈਲਪ ਕੀਤਾ ਜਾਏਗਾ ਕਿ ਇੱਥੇ એનર્ਜੀ ਨੂੰ ਕ੍ਰੀਏਟ ਕੀਤਾ ਜਾ ਸਕੇ ਔਰ ਸਟੋਰ ਕੀਤਾ ਜਾ ਸਕੇ ਤਾਂ ਕਿ काफी ज्यादा कंट्रीज नु बेनिफिट ਪਹੁੰਚਾਇਆ ਜਾ ਸਕੇ એનર્ਜੀਜ਼ ਰਿਲੇਟਡ ਗ੍ਰੀਨ એનર્ਜੀ ਦੇ ਉੱਤੇ ਕੰਮ ਕਰੇਗਾ ਕਾਫੀ ਅੱਛਾ ਇਨੀਸ਼ੀਏਟਿਵ ਹੈ ਡੈਨਮਾਰਕ ਦੁਆਰਾ ਠੀਕ ਹੈ ਡਿਸਕਸ ਕਰ ਲੈਣੇ ਆ ਇਸ ਤੋਂ ਇਲਾਵਾ ਦੋ ਇੰਪੋਰਟੈਂਟ ਹੋਰ ਨਿਊਜ਼ ਨੇ ਉਹ ਵੀ ਡਿਸਕਸ ਕਰਦੇ ਆ ਅੱਛਾ ਪਹਿਲੇ ਕੈਪੀਟਲ ਡਿਸਕਸ ਕਰੀਏ ਤਾਂ ਉਸ ਨਾਰਵੇ ਕੈਪੀਟਲ ਉਸਰੋ ਕਰੰਸੀ ਕਰੋਨ ਚਲਦੀ ਹੈ ਡੈਨਮਾਰਕ ਕੈਪੀਟਲ ਕੋਪਨ ਹੈਗਨ ਕਰੰਸੀ ਕਰੋਨਾ ਚਲਦੀ ਹੈ ਕੰਬੋਡੀਆ ਕੰਬੋਡੀਆ ਕੈਪੀਟਲ ਫਨੋਮਪੀ ਫਨੋਮਪੀ ਚਲਦੀ ਹੈ ਕਰੰਸੀ ਰੀਅਲ ਹੈ ਪਾਕਿਸਤਾਨ ਹਰਿਕਨ ਨੂੰ ਪਤਾ ਹੋਏਗਾ ਔਰ ਇੰਡੀਆ ਵੀ ਹਰਿਕਨ ਨਿਊਜ਼ ਡਿਸਕਸ ਕਰ ਲੈਣ ਦਾ ਡੈਨਮਾਰਕ ਦੁਆਰਾ ਵਰਲਡ ਫਰਸਟ એનર્ਜੀ ਆਈਲੈਂਡ ਕਿੱਥੇ ਬਣਾਇਆ ਜਾਏਗਾ ਨਾਰਥ ਸੀ ਦੇ ਵਿੱਚ ਟੂ ਪ੍ਰੋਡਿਊਸ ਐਂਡ ਸਟੋਰ ਗ੍ਰੀਨ એનર્ਜੀ ਕੰਬੋਡੀਆ ਇੰਡੀਆ ਨੇ ਕੰਬੋਡੀਆ ਨੂੰ ਪ੍ਰੋਵਾਈਡ ਕੀਤੀਆਂ ਨੇ 1 ਲੱਖ ਡੋਸਿਸ ਕੋਵਿਡ 19 ਵੈਕਸੀਨ ਦੀ 1 ਲੱਖ ਡੋਸਿਸ ਇੰਡੀਆ ਪ੍ਰੋਵਾਈਡ ਕਰੇਗਾ ਕੰਬੋਡੀਅਨ ਪਾਕਿਸਤਾਨ ਪਾਕਿਸਤਾਨ ਦੁਆਰਾ ਨਿਊਕਲੀਅਰ ਕੈਪੇਬਲ ਮਿਸਾਈਲ ਗਜ਼ਨਵੀ ਦਾ ਗਜ਼ਨਵੀ ਦਾ ਟੈਸਟਫਾਇਡ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਰਾਜਸਥਾਨ ਦੇ ਵਿੱਚ ਐਕਸਰਸਾਈਜ਼ ਕੰਡਕਟ ਕਰਨ ਜਾ ਰਿਹਾ ਹੈ ਅੱਜ 8 ਤਰੀਕ ਹੈ ਤਾਂ ਅੱਜ ਤੋਂ ਸ਼ੁਰੂ ਹੋ ਜੇਗੀ ਕਿਹੜੀ ਐਕਸਰਸਾਈਜ਼ ਯੋਧ ਬਿਆਸ which state or ut government will be setting up an indian institute of skills indian institute of skills ਕਿਹੜੀ ਸਟੇਟ ਦੇ ਵਿੱਚ ਲਗਾਇਆ ਜਾ ਰਿਹਾ ਹੈ indian institute of skills ਗੁਜਰਾਤ ਦੇ ਵਿੱਚ ਲਗਾਇਆ ਜਾ ਰਿਹਾ ਹੈ ਗੁਜਰਾਤ ਦੇ ਬੇਸਿਕਲੀ ਨਾਮਸਦ ਨਾਮਸਦ ਵਿਲੇਜ ਹੈ ਗਾਂਦੀਨਗਰ ਡਿਸਟ੍ਰਿਕਟ ਦੇ ਵਿੱਚ ਉੱਥੇ ਇਸ ਨੂੰ ਲਗਾਇਆ ਜਾ ਰਿਹਾ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਇੰਪੋਰਟੈਂਟ ਨਿਊਜ਼ ਨੇ ਡਿਸਕਸ ਕਰਦੇ ਹਾਂ इंपोर्टेंट रहेगी न्यूज़ कि जोड़ा इंडियन इंस्टीट्यूट ऑफ स्किल कितें बनाया जा रहा है नामसद गुजरात तो के इस तुला कानपुर और मुंबई के भी अनाउंस किए गए कि यह बनाए ठीक है, पहला कितने बनाया जा रहा है गुजरात इस तो इलावा कानपुर और मुंबई के बनाए जाने ठीक है जी उत्तराखंड उत्तराखंड सरकार पैसे प्रोवाइड कर रही है गवर्नमेंट स्कूल स्टूडेंट्स बुक्स दे बेसिकली इस दे विच भी डिफरेंट डिफरेंट कैटेगरीज ने कि फर्स्ट तो छेवीं तक लेके ढाई सौ रुपए उस तो बाद चार सौ रुपए एससी एस टीजन अलग अनाउंस किए गए हैं ठीक है अपनी डिटेल इंपोर्टेंट नहीं बनेगी सिंपली याद रखा कि पैसे प्रोवाइड कर रही है गवर्नमेंट स्कूल स्टूडेंट्स बुक्स दे उत्तराखंड सरकार ਰਾਜਸਥਾਨ ਗਵਰਨਮੈਂਟ ਦੁਆਰਾ ਬੈਗਰ ਫਰੀ ਰਾਜਸਥਾਨ ਕੈਂਪੇਨ ਲਾਂਚ ਕੀਤਾ ਗਿਆ ਜੈਪੁਰ ਦੇ ਵਿੱਚ ਬੈਗਰ ਫਰੀ ਡਾਇਰੈਕਟ ਕੁਸ਼ਨ ਦੋ ਤਰੀਕੇ ਨਾਲ ਬੈਗਰ ਫਰੀ ਕੈਂਪੇਨ ਕਿਹੜੀ ਸਟੇਟ ਦੇ ਵਿੱਚ ਰਾਜਸਥਾਨ ਦੇ ਵਿੱਚ ਕਿਹੜੀ ਸਿਟੀ ਦੇ ਵਿੱਚ ਜੈਪੁਰ ਦੇ ਵਿੱਚ ਠੀਕ ਹੈ ਜੀ ਬੇਸਿਕਲੀ ਇਸ ਦੇ ਅੰਡਰ ਵੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ ਉਹਨਾਂ ਨੂੰ ਫੈਸਿਲਿਟੀਆਂ ਬੈਗਰਸ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਬਿਕਮ ਫਰਸਟ ਸਟੇਟ ਇਨ ਕੰਟਰੀ ਅੱਛਾ ਉੱਤਰਾਖੰਡ ਦੀ ਹੀ ਗੱਲ ਕਰਦੇ ਹਾਂ ਉੱਤਰਾਖੰਡ ਦੇ ਬਾਰੇ ਆਪਾਂ ਡਿਸਕਸ ਕੀਤਾ ਸੀ ਦੇਹਰਾਦੂਨ 100% ਲਿਟਰੇਸੀ ਰੇਟ ਵਾਲਾ ਬਣਿਆ ਸੀ ਹਿਮਾਚਲ ਪ੍ਰਦੇਸ਼ ਫਰਸਟ ਸਟੇਟ ਬਣੀ ਹੈ ਕੰਟਰੀ ਦੀ ਜਿਸ ਨੇ ਈ ਕੈਬਨਟ ਐਪਲੀਕੇਸ਼ਨ ਦੀ ਸ਼ੁਰੂਆਤ ਦੇ ਨਾਲ ਕੈਬਨਟ ਨੂੰ ਪੇਪਰਲੈਸ ਕੀਤਾ ਹੈ ਕੈਬਨਟ ਨੂੰ ਪੇਪਰਲੈਸ ਕੀਤਾ ਹੈ ਠੀਕ ਹੈ ਕਿੱਥੇ ਸ਼ੁਰੂ ਕੀਤੀ ਹੈ ਇਹ ਸ਼ਿਮਲਾ ਦੇ ਵਿੱਚ ਦਿੱਲੀ ਗਵਰਨਮੈਂਟ फ्लोटेड कंट्रीज बिगेस्ट टेंडर फॉर ई वी चार्जिंग इलैक्ट्रॉनिक व्हीकल्स चार्जिंग इलैक्ट्रिक व्हीकल्स की चार्जिंग बेसिकली अपना डिसकस किया कि वर्ल्ड का लार्जेस्ट इलैक्ट्रिक प्लाजा कितने लगे गया चाइना के लगाया गया, सी? चाइना लगाया गया सी, टेस्ला ने लगाया कि इसी तरीके इंडिया भी के चार्जिंग पॉइंट्स लगाए जाने तो चार्जिंग पॉइंट्स दिल्ली ने सब तो व्डा टेंडर दिता है फाइव हंड्रड चार्जिंग पॉइंट लगा दिल हंड्रेड लोकेशनज के उत्ते ਨੈਕਸਟ ਇੰਡੀਆਜ਼ ਫਰਸਟ ਥੰਡਰਸਟ੍ਰੋਮ ਰਿਸਰਚ ਟੈਸਟਬੈਡ ਥੰਡਰਸਟ੍ਰੋਮ ਯਾਨੀ ਕਿ ਬਿਜਲੀ ਕੜਕਦੀ ਹੈ ਠੀਕ ਹੈ ਜਿਹੜੀ ਬਿਜਲੀ ਕੜਕਦੀ ਹੈ ਜਿਸ ਕਰਕੇ ਲੋਕਾਂ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਤਾਂ ਇੱਕ ਸਟੇਟ ਹੈ ਜਿਸ ਨੇ ਕੀ ਕੀਤਾ ਡਾਟਾ ਪਹਿਲੇ ਅਨਸਰ ਡਿਸਕਸ ਕਰ ਲੈਣੇ ਓਡੀਸਾ ਓਡੀਸਾ ਨੇ ਕੀ ਕੀਤਾ ਕਿ ਡਾਟਾ ਜਾਰੀ ਕੀਤਾ ਕਿ ਇਸ ਦੇ ਵਿੱਚ ਕਿ ਸਾਡੇ ਹਰ ਸਾਲ ਹਰ ਸਾਲ ਇਨੇ ਲੋਕਾਂ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਡਿਫਰੈਂਟ ਡਿਫਰੈਂਟ ਡਾਟਾ ਸੀ ਡਾਟਾ ਇੰਪੋਰਟੈਂਟ ਨਹੀਂ ਬਣੇਗਾ। ਔਰ ਇਸ ਕਰਕੇ ਇਸ ਕਰਕੇ 오ਡੀਸਾ ਦੇ ਵਿੱਚ ਇੱਕ ਥੰਡਰ ਸਟ੍ਰੋਮ ਰਿਸਰਚ ਟੈਸਟ ਬੈਡ ਲਗਾਇਆ ਜਾਏਗਾ। ਠੀਕ ਹੈ ਤਾਂ ਕਿ ਜਿਸ ਨਾਲ ਬਚਿਆ ਜਾ ਸਕੇ ਲੋਕਾਂ ਨੂੰ ਬਚਾਇਆ ਜਾ ਸਕੇ ਰਿਸਰਚ ਕੀਤੀ ਜਾ ਸਕੇ ਕਿ ਕੀ ਇਫੈਕਟ ਹੈ ਕਿ ਕਿਸ ਕਾਰਨ ਇਸ ਇਲਾਕੇ ਦੇ ਵਿੱਚ ਬਿਜਲੀ ਕੜਕਦੀ ਹੈ ਜਿਆਦਾ ਕੜਕਦੀ ਹੈ ਤੇ ਲੋਕਾਂ ਦੀ ਡੈਥ ਹੁੰਦੀ ਹੈ ਉਸ ਨੂੰ ਰੋਕਿਆ ਜਾ ਸਕੇ ਰਿਡਿਊਸ ਕੀਤਾ ਜਾ ਸਕੇ ਔਰ ਲੋਕਾਂ ਨੂੰ ਬਚਾਇਆ ਜਾ ਸਕੇ ਠੀਕ ਹੈ ਇਸ ਦੇ ਲਈ ਕਿੱਥੇ ਬਣਾਇਆ ਜਾਏਗਾ 오ਡੀਸਾ ਦੇ ਵਿੱਚ ਬਣਾਇਆ ਜਾਏਗਾ 오ਡੀਸਾ ਦੇ ਵਿੱਚ ਵੀ ਬਾਲਾਸੋਰ ਬਾਲਾਸੋਰ ਪਲੇਸ ਹੈ ਇੱਥੇ ਇਸ ਨੂੰ ਬਣਾਇਆ ਜਾਏਗਾ ਕਿੰਨਾ ਦੁਆਰਾ ਤਾਂ ਆਈ ਐਮ ਡੀ ਦੁਆਰਾ ਆਈ ਐਮ ਡੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦੁਆਰਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈਡਕੁਆਰਟ ਨਿਊ ਦਿੱਲੀ ਦੇ ਵਿੱਚ ਹੈ ਐਮ ਮੋਹਾ ਪਾਤਰਾ ਮੋਹਾ ਪਾਤਰਾ ਨੇ ਜਿਹੜੇ ਇਹ ਇਸ ਦੇ ਹੈਡ ਨੇ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਇਸ ਤੋਂ ਇਲਾਵਾ ਬਾਕੀ ਕੁਝ ਇੰਪੋਰਟੈਂਟ ਨਿਊਜ਼ ਨੇ ਡਿਸਕਸ ਕਰਦੇ ਆਂ West Bengal ਪ੍ਰੈਮੀਅਰ ਨਰਿੰਦਰ ਮੋਦੀ West Bengal ਨੂੰ ਵਿਜ਼ਿਟ ਕੀਤਾ ਟੂ ਇਨੋਗਰੇਟ LPG ਇੰਪੋਰਟ ਟਰਮੀਨਲ ਇੱਕ LPG ਇੰਪੋਰਟ ਟਰਮੀਨਲ ਹੈ ਜੋ ਇਸ ਨੂੰ ਇਨੋਗਰੇਟ ਕੀਤਾ ਹੈ West Bengal ਦੇ ਵਿੱਚ बी पी सी एल द्वारा इस बनाया गया इस इलावा इन्हों द्वारा तीन सौ अड़ताली किलोमीटर दोबी दुर्गापुर आप पहले भी डिस्कस की नैचुरल गैस पाइपलाइन कोची टू मैंगलुरु से शायद जो आप डिस्कस कीनाटका और केरला जोड़ती सी उसी तरीके दोबी दुर्गापुर दोबी दुर्गापुर नैचुरल गैस पाइपलाइन पी एम ऊर्जा गंगा प्रोजैक्ट के अंडर इनगरेट की गई इस अलावा वेस्ट बंगाल ਦੇ ਵਿੱਚ ਹੀ 45th ਕੋਲਕਾਤਾ ਇੰਟਰਨੈਸ਼ਨਲ ਬੁੱਕ ਫੇਅਰ ਅਨਾਉਂਸ ਕੀਤਾ ਗਿਆ ਹੈ ਕਿ ਜੁਲਾਈ ਜੁਲਾਈ 2021 ਦੇ ਵਿੱਚ ਇਨੋਗਰੇਟ ਕੀਤਾ ਜਾਏਗਾ ਸੈਂਟਰਲ ਪਾਰਕ ਗਰਾਊਂਡ ਆਫ ਸాల్ਟ ਲੇਕ ਦੇ ਵਿੱਚ ਜਿਸ ਦੇ ਵਿੱਚ ਇੰਪੋਰਟੈਂਟ ਫੈਕਟਸ ਇਹ ਰਹਿਣਗੇ ਕਿ ਬੰਗਲਾਦੇਸ਼ ਫੋਕਸ ਕੰਟਰੀ ਰਹੇਗੀ ਕਿਸ ਕਰਕੇ ਇੱਕ ਤਾਂ 골ਡਨ ਜੁਬਲੀ ਇੰਡੀਪੈਂਡੈਂਸ ਆ ਰਹੀ ਹੈ ਇਹਨਾਂ ਦੀ 50 ਸਾਲ ਪੂਰੇ ਹੋ ਰਹੇ ਨੇ 1971 ਦੀ ਗੱਲ ਕਰਦੇ ਹਾਂ ਤਾਂ 2021 50 ਸਾਲ ਪੂਰੇ ਹੋ ਗਏ ਔਰ ਬੰਗਾ ਬੰਦੂ ਜੋ ਸ਼ੇਖ ਮਜੀਬੁਰ ਰਹਿਮਾਨ ਨੇ ਕਹਾਂਗੇ ਫਾਦਰ ਆਫ ਬੰਗਲਾਦੇਸ਼ ਜਿਨ੍ਹਾਂ ਨੂੰ ਬੰਗ ਬੰਦੂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹਨਾਂ ਦੀ ਬਰਥ ਸੈਂਟੇਨਰੀ 100 ਸਾਲ ਪੂਰੇ ਹੋ ਰਹੇ ਨੇ ਉਸ ਨੂੰ ਅਬਜ਼ਰਵ ਕਰਨ ਦੇ ਲਈ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੇ ਲਈ ਬੰਗ ਬੰਦੂ ਦੇ ਉੱਤੇ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਅਵਾਰਡ ਸ਼ੁਰੂ ਕੀਤਾ ਗਿਆ ਸੀ ਕਮੈਂਟ ਬਾਕਸ ਦੇ ਵਿੱਚ ਦੱਸਨੇ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਅਵਾਰਡ ਸ਼ੁਰੂ ਕੀਤਾ ਗਿਆ ਸੀ ਇਸ ਦੇ ਨਾਲ ਬਰਥ ਐਨੀਵਰਸਰੀ ਮਨਾਈ ਜਾਏਗੀ ਨੇਤਾ ਜੀ ਸੁਭਾਸ ਚੰਦਰ ਬੋਸ ਦੀ 125th ਬਰਥ ਐਨੀਵਰਸਰੀ ਔਰ ਬਰਥ ਸੈਂਟੇਨਰੀ ਆਫ ਸਤਜਿਤ ਰੌਏ ਸਤਜਿਤ ਰੌਏ ਇਹ ਉਹੀ ਸਤਜਿਤ ਰੌਏ ਨੇ ਜਿਨ੍ਹਾਂ ਨੂੰ ਇਨ ਦੀ ਇੰਟਰਨੈਸ਼ਨਲ ਸੋਰੀ ਇੰਡੀਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਸੀਗਾ ਜਿਹੜਾ ਗੋਆ ਦੇ ਵਿੱਚ ਉਸ ਦੇ ਵਿੱਚ ਵੀ ਨਾਮਿਤ ਕੀਤਾ ਗਿਆ ਸੀ ਸਤਜਿਤ ਰੌਏ ਇਸ ਤੋਂ ਲਾਵਾ ਅਸਮ ਅਸਮ ਦੇ ਚੀਫ ਮਿਨਿਸਟਰ ਸਰਬਨਨ ਸੈਨੋਵਾਲ ਦੁਆਰਾ ਫਰਸਟ ਹੈਲੀਪੋਰਟ ਅਸਮ ਦੇ ਵਿੱਚ ਪਹਿਲੇ ਹੈਲੀਪੋਰਟ ਦੀ ਸਥਾਪਨਾ ਕੀਤੀ ਗਈ ਇਨੋਗਰੇਸ਼ਨ ਕੀਤੀ ਗਈ ਕਿੱਥੇ ਮਾਜੂਲੀ ਡਿਸਟ੍ਰਿਕਟ ਦੇ ਵਿੱਚ ਮਾਜੂਲੀ ਡਿਸਟ੍ਰਿਕਟ ਵਰਲਡ ਦਾ ਲਾਰਜੈਸਟ ਰਿਵਰ ਲਾਈਨ ਆਇਲੈਂਡ ਹੈ ਇੰਪੋਰਟੈਂਟ ਹੈ ਟੂਰਿਜ਼ਮ ਨੂੰ ਇੰਪਰੂਵ ਕਰਨ ਦੇ ਲਈ ਹੈਲੀਪੋਰਟ ਬਣਾਇਆ ਗਿਆ ਹੈ ਮਾਜੂਲੀ ਦੇ ਵਿੱਚ ਤੇਲੰਗਾਨਾ ਯੂਐਸਏ ਦੀ ਕੰਪਨੀ ਹੈ ਜਿਹੜੀ ਬੋਇੰਗ ਬੋਇੰਗ ਕੰਪਨੀ ਤੁਹਾਨੂੰ ਯਾਦ ਹੋਵੇਗਾ ਆਪਾਂ ਹੈਲੀਕਾਪਟਰਸ ਵਗੈਰਾ ਖਰੀਦੇ ਸੀ ਫੋਰ ਇਗਜ਼ਾਮਪਲ ਅਪਾਚੇ ਹੋ ਗਿਆ ਯੂਐਸਏ ਤੋਂ ਉਹ ਬੋਇੰਗ ਦੁਆਰਾ ਬਣਾਏ ਗਏ ਸੀ ਇੱਕ ਅਗਰ ਗੱਲ ਕਰਦੇ ਆ ਕਿ ਸਪੈਸ਼ਲੀ ਜਿਹੜੇ 에ਅਰਕ੍ਰਾਫਟ ਬਣਾਏ ਗਏ ਸੀ ਵੀਆਈਪੀ 에ਅਰਕ੍ਰਾਫਟ ਕਿਨਾਂ ਦੇ ਲਈ ਪ੍ਰੈਮੀਸਟਰ ਪ੍ਰੈਜ਼ੀਡੈਂਟ ਦੇ ਲਈ ਉਹ ਵੀ ਬੋਇੰਗ ਕੰਪਨੀ ਤੋਂ ਹੀ ਖਰੀਦੇ ਗਏ ਨੇ ਯੂਐਸਏ ਦੀ ਕੰਪਨੀ ਹੈ ਇਸਨੇ ਇਸ ਲਈ ਇੰਡੀਆ ਦੇ ਇਸਨੇ ਕੀ ਕਿ ਹੈ ਕਿ ਨਵੀਂ ਪ੍ਰੋਡਕਸ਼ਨ ਲਾਈਨ ਨਵੀਂ ਪ੍ਰੋਡਕਸ਼ਨ ਲਾਈਨ ਬਣਾਈ ਗਈ ਹੈ ਜੋ ਦਾ ਜੁਆਇੰਟ ਵੈਂਚਰ ਹੈ ਟਾਟਾ ਦੇ ਨਾਲ ਟਾਟਾ ਦੇ ਨਾਲ ਜਿਹੜਾ ਜੁਆਇੰਟ ਵੈਂਚਰ ਹੈ ਉਸ ਦੇ ਅੰਡਰ ਇੱਕ ਪ੍ਰੋਡਕਸ਼ਨ ਲਾਈਨ ਕਿੱਥੇ ਓਪਨ ਕੀਤੀ ਜਾਏਗੀ ਤੇਲੰਗਾਨਾ ਦੇ ਵਿੱਚ ਕਿੱਥੇ ਤੇਲੰਗਾਨਾ ਦੇ ਵਿੱਚ ਠੀਕ ਹੈ ਜੀ ਯਾ ਰੱਖਾਂਗੇ ਤਾਂ ਅੱਜ ਦੇ ਲਈ ਬਸ ਇੰਨਾ ਹੀ ਆਈ ਹੋਪ ਸੋ ਯੂ ਸੈਸ਼ਨ ਪਸੰਦ ਆਇਆ ਹੋਏਗਾ ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ ਗੁੱਡਬਾਈ